Thanks for watching this video. If you are new to this channel, kindly like, subscribe and hit the bell icon for latest updates. Thanks and enjoy. Hello students, how are you? आज असी करांगे एक बहुत ही सस्पेंस दे नाल भरी हुई बड़ी ही इंटरेस्टिंग स्टोरी पोली। ये थर्ड लेसन है, रिटन बाय के ए अब्बास, ख्वाजा अहमद अब्बास, 7 जून 1914 टू 1st June 1987। ओके, पॉपुलरली नोन एज के ए अब्बास वाज एन इंडियन फिल्म डायरेक्टर, नॉवलिस्ट, स्क्रीन राइटर एंड अ जर्नलिस्ट इन द उर्दू, हिंदी एंड English languages. Khwaja Ahmed Abbas, जो 7 जून 1914 विच पैदा हुए, 1 जून 1987 विच उन्हां दा देहांत हो गया, जो कि के ए अब्बास दे नाम नाल जाने जांदे सन, मशहूर सन, ओह एक फिल्म डायरेक्टर सन, नावलिस्ट सन, नावलकार ते स्क्रीन राइटर सन, ते एक जर्नलिस्ट भी सन, उर्दू, हिंदी अते इंग्लिश भाषा दे। ही वॉज द मेकर ऑफ इंपॉर्टेंट हिंदी फिल्म सच एज साथ हिंदुस्तानी 1969 एंड दो बूंद पानी 1972, both of which won the National Film Award for Best Feature Film on National Integration. ਉਹ ਬਹੁਤ ਹੀ ਮਹੱਤਵਪੂਰਨ ਹਿੰਦੀ ਫਿਲਮਾਂ ਦੇ ਨਿਰਮਾਤਾ ਵੀ ਸਨ, ਜਿਵੇਂ ਕਿ ਸਾਥ ਹਿੰਦੁਸਤਾਨੀ ਜੋ ਕਿ 1969 ਵਿੱਚ ਆਈ, ਦੋ ਬੂੰਦ ਪਾਣੀ ਜੋ ਕਿ 1972 ਵਿੱਚ ਆਈ। ਦੋਨੋਂ ਹੀ ਫਿਲਮਾਂ ਨੇ ਉਹਨਾਂ ਨੂੰ ਸਭ ਤੋਂ ਅੱਛੀ ਖੇਤਰੀ ਫਿਲਮ ਲਈ ਨੈਸ਼ਨਲ ਫਿਲਮ ਅਵਾਰਡ ਜਿੱਤ ਕੇ ਦਿੱਤਾ, ਜੋ ਕਿ ਰਾਸ਼ਟਰੀ ਏਕਤਾ ਉੱਤੇ ਬਣੀਆਂ ਸਨ। ਪੋਲੀ ਵਾਜ਼ ਅ ਡਿਸਕਾਰਡਡ ਐਂਡ ਅਨਕੇਅਰਡ ਚਾਈਲਡ। ਡਿਸਕਾਰਡਡ ਹੁੰਦਾ ਸਮਾਜ ਤੋਂ ਨਿਕਾਲੀ ਹੋਈ, ਜਿਹਦੇ ਵੱਲ ਸਮਾਜ ਕੋਈ ਧਿਆਨ ਨਹੀਂ ਦਿੰਦਾ, ਉਹਨੂੰ ਕਹਿੰਦੇ ਨੇ ਡਿਸਕਾਰਡਡ, ਐਂਡ ਅਨਕੇਅਰਡ ਜਿਸ ਦੀ ਕੋਈ ਪਰਵਾਹ ਨਹੀਂ ਕਰਦਾ। ਓਕੇ, ਸੋ ਭੋਲੀ ਸਮਾਜ ਤੋਂ ਠੁਕਰਾਈ ਹੋਈ ਅਤੇ ਇਹੋ ਜਿਹੀ ਨੰਨੀ ਬੱਚੀ ਸੀ ਜਿਹਦੀ ਕੋਈ ਪਰਵਾਹ ਨਹੀਂ ਕਰਦਾ ਸੀ। ਸ਼ੀ ਯੂਜ਼ਡ ਟੂ ਸਟੈਮਰ, ਉਹ ਅਕਸਰ ਹਕਲਾ ਕੇ ਬੋਲਦੀ। ਸ਼ੀ ਵਾਜ਼ ਡਿਸਲਾਈਕਡ ਐਂਡ ਨੈਗਲੈਕਟਡ ਬਾਈ ਐਵਰੀ ਵਨ, ਉਹ ਹਰ ਇੱਕ ਵਿਅਕਤੀ ਦੁਆਰਾ ਨਾ ਪਸੰਦ ਕੀਤੀ ਜਾਂਦੀ ਅਤੇ ਅਣਗੋਲਿਆਂ ਕੀਤੀ ਜਾਂਦੀ। ਸੋ ਸ਼ੀ ਹੈਡ ਐਨ ਇਨਫੀਰੀਅਰਟੀ ਕੰਪਲੈਕਸ, ਸੋ ਇਸ ਤਰ੍ਹਾਂ ਉਹਦੇ ਅੰਦਰ ਇੱਕ ਇਨਫੀਰੀਅਰਟੀ ਕੰਪਲੈਕਸ ਆ ਗਿਆ ਸੀ, ਉਸਨੂੰ ਲੱਗਣ ਲੱਗ ਗਿਆ ਸੀ ਕਿ ਉਹ ਬਹੁਤ ਬੁਰੀ ਹੈ, ਉਸ ਵਿੱਚ ਬਹੁਤ ਘਾਟਾਂ ਹਨ। ਪੋਲੀ ਵਾਜ਼ ਗਾਈਡਡ ਬਾਈ ਹਰ ਪ੍ਰਾਇਮਰੀ ਸਕੂਲ ਟੀਚਰ ਪ੍ਰੋਪਰਲੀ, ਪੋਲੀ ਆਪਣੇ ਪ੍ਰਾਇਮਰੀ ਸਕੂਲ ਟੀਚਰ ਦੁਆਰਾ ਬਹੁਤ ਅੱਛੀ ਤਰ੍ਹਾਂ ਗਾਈਡ ਕੀਤੀ ਗਈ, ਯਾਨੀ ਪ੍ਰਾਇਮਰੀ ਟੀਚਰ ਨੇ ਉਹਨੂੰ ਬਹੁਤ ਅੱਛੀ ਤਰ੍ਹਾਂ ਸੇਧ ਦਿੱਤੀ, ਦਿਸ਼ਾ ਨਿਰਦੇਸ਼ਨ ਕੀਤਾ ਉਸਦਾ। ਸੋ ਹਰ ਐਜੂਕੇਸ਼ਨ ਗੇਵ ਹਰ ਦਾ ਕਰੇਜ, ਇਸ ਤਰ੍ਹਾਂ ਉਸ ਦੀ ਸਿੱਖਿਆ ਨੇ ਉਸਨੂੰ ਹੌਂਸਲਾ ਦਿੱਤਾ, ਐਂਡ ਕੈਪੇਬਿਲਿਟੀ ਅਤੇ ਸਮਰੱਥਾ ਦਿੱਤੀ ਟੂ ਫਾਈਟ ਅਗੇਂਸਟ ਹਰ ਵੀਕਨੈਸ, ਕਿ ਉਹ ਆਪਣੀ ਕਮਜ਼ੋਰੀ ਦੇ ਵਿਰੁੱਧ ਲੜ ਸਕੇ। ਸ਼ੀ ਰਿਫਿਊਜ਼ਡ ਟੂ ਮੈਰੀ ਬਿਸ਼ੰਬਰ ਨਾਥ, ਉਸਨੇ ਬਿਸ਼ੰਬਰ ਨਾਥ ਨਾਲ ਮੈਰਿਜ ਕਰਨ ਲਈ ਨਾ ਕਰ ਦਿੱਤੀ। ਹੂ ਵਾਜ਼ ਅ ਗਰੀਡੀ ਪਰਸਨ, ਜੋ ਕਿ ਇੱਕ ਲਾਲਚੀ ਵਿਅਕਤੀ ਸੀ। ਹਰ ਐਜੂਕੇਸ਼ਨ ਹੈਲਪਡ ਹਰ, ਉਸ ਦੀ ਸਿੱਖਿਆ ਨੇ ਉਸ ਦੀ ਮਦਦ ਕੀਤੀ ਟੂ ਬੀ ਇੰਡੀਪੈਂਡੈਂਟ, ਕਿ ਉਹ ਆਪਣੇ ਪੈਰਾਂ 'ਤੇ ਖੜੀ ਹੋ ਸਕੇ। ਹਰ ਰਾਈਟ ਡਿਸੀਜਨ ਮੇਡ ਹਰ ਰਿਸਪੈਕਟੇਬਲ ਇਨ ਹਰ ਸੁਸਾਇਟੀ, ਉਸਦੇ ਸਹੀ ਫੈਸਲੇ ਨੇ ਉਸਨੂੰ ਸਮਾਜ ਦੇ ਵਿੱਚ ਇੱਕ ਸਨਮਾਨਯੋਗ ਜਗ੍ਹਾ ਦਿਵਾਈ। ਲੈਟ ਸਟਾਰਟ ਦ ਸਟੋਰੀ। ਹਰ ਨੇਮ ਵਾਜ ਸੁਲੇਖਾ, ਉਸਦਾ ਨਾਮ ਸੀ ਸੁਲੇਖਾ, ਬਟ ਸਿੰਸ ਹਰ ਚਾਈਲਡਹੁੱਡ, ਪਰ ਉਸਦੇ ਬਚਪਨ ਤੋਂ ਹੀ ਐਵਰੀ ਵਨ ਹੈਡ ਬੀਨ ਕਾਲਿੰਗ ਹਰ ਪੋਲੀ ਦ ਸਿੰਪਲਟਨ, ਹਰ ਕੋਈ ਉਹਨੂੰ ਪੋਲੀ ਕਹਿੰਦਾ ਸੀ, ਭਾਵ ਇੱਕ ਸਾਦੀ ਜਿਹੀ ਕੁੜੀ, ਸਿੰਪਲਟਨ। ਸ਼ੀ ਵਾਜ਼ ਦਾ ਫੋਰਥ ਡਾਟਰ ਆਫ ਨੰਬਰਦਾਰ ਰਾਮ ਲਾਲ, ਉਹ ਰਾਮ ਲਾਲ ਨੰਬਰਦਾਰ ਦੀ ਚੌਥੀ ਕੁੜੀ ਸੀ। ਵੈਨ ਸ਼ੀ ਵਾਜ਼ 10 months old, ਜਦੋਂ ਉਹ 10 ਮਹੀਨਿਆਂ ਦੀ ਸੀ, ਸ਼ੀ ਹੈਡ ਫਾਲਨ ਆਫ ਦ ਕੋਟ, ਉਹ ਮੰਜੇ ਤੋਂ ਗਿਰ ਗਈ ਸੀ, ਓਨ ਹਰ ਹੈਡ, ਆਪਣੇ ਸਿਰ ਭਾਰ, ਐਂਡ ਪਰਹੈਪਸ ਇਟ ਹੈਡ ਡੈਮੇਜਡ ਸਮ ਪਾਰਟ ਆਫ ਹਰ ਬ੍ਰੇਨ, ਅਤੇ ਸ਼ਾਇਦ ਇਸ ਤਰ੍ਹਾਂ ਗਿਰਨ ਨਾਲ ਉਸਦੇ ਦਿਮਾਗ ਦਾ ਕੁਝ ਭਾਗ ਨੁਕਸਾਨਿਆ ਗਿਆ ਸੀ, ਯਾਨੀ ਉਸਦੇ ਦਿਮਾਗ 'ਤੇ ਕੁਝ ਸੱਟ ਲੱਗ ਗਈ ਸੀ। ਦੈਟ ਵਾਜ਼ ਵਾਏ, ਇਸ ਕਰਕੇ ਸ਼ੀ ਰਿਮੇਨਡ ਅ ਬੈਕਵਰਡ ਚਾਈਲਡ, ਉਹ ਹਮੇਸ਼ਾ ਇੱਕ ਪਿੱਛੇ ਰਹਿਣ ਵਾਲੀ ਬੱਚੀ ਹੀ ਰਹੀ, ਐਂਡ ਕੇਮ ਟੂ ਬੀ ਨੋਨ ਐਜ਼ ਪੋਲੀ ਦ ਸਿੰਪਲਟਨ, ਅਤੇ ਉਸ ਵੇਲੇ ਉਸ ਨੂੰ ਪੋਲੀ ਯਾਨੀ ਸਾਦਾ ਲੜਕੀ ਕਿਹਾ ਜਾਣ ਲੱਗ ਪਿਆ। ਐਟ ਬਰਥ, ਬਰਥ ਵੇਲੇ, ਜਨਮ ਵੇਲੇ, ਦ ਚਾਈਲਡ ਵਾਜ਼ ਵੈਰੀ ਫੇਅਰ ਐਂਡ ਪ੍ਰੈਟੀ, ਇਹ ਬੱਚਾ ਬਹੁਤ ਸੋਹਣਾ ਅਤੇ ਮਨ ਮੋਹਣਾ ਸੀ। ਬਟ ਵੈਨ ਸ਼ੀ ਵਾਜ਼ 2 ਈਅਰਸ ਓਲਡ,
ਪਰ ਜਦੋਂ 2 ਸਾਲਾਂ ਦੀ ਸੀ ਸ਼ੀ ਹੈਡ ਐਨ ਅਟੈਕ ਆਫ ਸਮਾਲ ਪੌਕਸ ਤਾਂ ਉਸ ਨੂੰ ਚੇਚਕ ਦਾ ਅਟੈਕ ਆਇਆ ਓਨਲੀ ਦਾ ਆਈਜ਼ ਵਰ ਸੇਵਡ ਸਿਰਫ ਤੇ ਸਿਰਫ ਅੱਖਾਂ ਹੀ ਬਚੀਆਂ ਬਟ ਦਾ ਐਂਟਾਇਰ ਬੋਡੀ ਵਾਜ ਪਰਮਾਨੈਂਟਲੀ ਡਿਸਫਿਗਰਡ ਬਾਏ ਡੀਪ ਬਲੈਕ ਪੋਕ ਮਾਰਕਸ ਸੋ ਪੋਕ ਮਾਰਕਸ ਮਤਲਬ ਚੇਚਕ ਦੇ ਨਿਸ਼ਾਨ ਓਕੇ ਜਿਹਨੂੰ ਆਪਾਂ ਚੇਚਕੀ ਦੇ ਨਿਸ਼ਾਨ ਵੀ ਕਹਿੰਦੇ ਹਾਂ ਜਾਂ ਫਿੰਸੀਆਂ ਵੀ ਕਿਹਾ ਜਾਂਦਾ ਓਕੇ ਸਿਰਫ ਉਸਦੀਆਂ ਅੱਖਾਂ ਹੀ ਬਚੀਆਂ ਪਰ ਉਸਦਾ ਸਾਰਾ ਸਰੀਰ ਭੱਦਾ ਹੋ ਗਿਆ ਕਿਸ ਚੀਜ਼ ਦੇ ਨਾਲ ਉਸ ਡੂੰਘੇ ਕਾਲੇ ਪੋਕ ਮਾਰਕਸ ਦੇ ਨਾਲ ਲਿਟਲ ਸੁਲੇਖਾ ਕੁੱਡ ਨੋਟ ਸਪੀਕ ਟਿਲ ਸ਼ੀ ਵਾਜ਼ 5 ਛੋਟੀ ਸੁਲੇਖਾ 5 ਸਾਲ ਦੀ ਉਮਰ ਤੱਕ ਬੋਲ ਹੀ ਨਹੀਂ ਸਕੀ ਐਂਡ ਵੈਨ ਐਟ ਲਾਸਟ ਸ਼ੀ ਲਰਨਡ ਟੂ ਸਪੀਕ ਤੇ ਫਿਰ ਜਦ ਅਖੀਰ ਉਸਨੇ ਬੋਲਣਾ ਸਿੱਖਿਆ ਸ਼ੀ ਸਟੈਮਰਡ ਉਹ ਹਕਲਾ ਕੇ ਬੋਲਦੀ ਸੀ The other children often made fun of her. ਦੂਜੇ ਬੱਚੇ ਉਸਦਾ ਮਜ਼ਾਕ ਉਡਾਉਂਦੇ ਐਂਡ ਮਿਮਿਕਡ ਹਰ ਅਤੇ ਉਸਦੀ ਨਕਲ ਉਤਾਰਦੇ ਐਜ਼ ਅ ਰਿਜ਼ਲਟ ਇਸਦਾ ਰਿਜ਼ਲਟ ਕੀ ਹੋਇਆ ਸ਼ੀ ਟਾਕਡ ਵੈਰੀ ਲਿਟਲ ਉਹ ਬਹੁਤ ਘੱਟ ਬੋਲਦੀ ਰਾਮ ਲਾਲ ਹੈਡ 7 ਚਿਲਡਰਨ ਰਾਮ ਲਾਲ ਦੇ 7 ਬੱਚੇ ਸਨ 3 sons and 4 daughters. ਉਹਨਾਂ ਵਿੱਚੋਂ 3 ਲੜਕੇ ਸਨ ਅਤੇ 4 ਲੜਕੀਆਂ ਐਂਡ ਦ ਯੰਗੈਸਟ ਆਫ ਦੈਮ ਵਾਜ਼ ਪੋਲੀ ਅਤੇ ਉਹਨਾਂ 7 ਬੱਚਿਆਂ ਵਿੱਚੋਂ ਸਭ ਤੋਂ ਛੋਟੀ ਸੀ ਪੋਲੀ ਇਟ ਵਾਜ਼ ਅ ਪ੍ਰੋਸਪਰਸ ਫਾਰਮਰਸ ਹਾਊਸ ਹੋਲਡ ਐਂਡ ਦੇਅਰ ਵਰ ਪਲੈਂਟੀ ਟੂ ਈਟ ਐਂਡ ਡਰਿੰਕ ਇਹ ਇੱਕ ਬੜੇ ਖੁਸ਼ਹਾਲ ਕਿਸਾਨ ਦਾ ਘਰ ਸੀ ਅਤੇ ਕਾਫੀ ਕੁਝ ਸੀ ਉੱਥੇ ਖਾਣ ਨੂੰ ਪੀਣ ਨੂੰ ਆਲ ਦ ਚਿਲਡਰਨ ਸਾਰੇ ਬੱਚੇ ਐਕਸੈਪਟ ਪੋਲੀ ਪੋਲੀ ਤੋਂ ਇਲਾਵਾ ਵਰ ਹੈਲਦੀ ਸਾਰੇ ਤੰਦਰੁਸਤ ਸਨ ਐਂਡ ਸਟਰੋਂਗ ਤੇ ਤਾਕਤਵਰ ਵੀ ਸਨ ਦ ਸੰਸ ਹੈਡ ਬੀਨ ਸੈਂਟ ਟੂ ਦ ਸਿਟੀ ਟੂ ਸਟੱਡੀ ਇਨ ਸਕੂਲਸ ਮੁੰਡਿਆਂ ਨੂੰ ਸ਼ਹਿਰ ਦੇ ਸਕੂਲਾਂ ਵਿੱਚ ਪੜ੍ਹਾਈ ਲਈ ਭੇਜ ਦਿੱਤਾ ਗਿਆ ਐਂਡ ਲੇਟਰ ਅਤੇ ਬਾਅਦ ਵਿੱਚ ਇਨ ਕਾਲਜਿਸ ਉਹਨਾਂ ਨੂੰ ਕਾਲਜ ਵਿੱਚ ਵੀ ਭੇਜਿਆ ਗਿਆ ਆਫ ਦ ਡਾਟਰਸ ਲੜਕੀਆਂ ਵਿੱਚੋਂ ਰਾਧਾ ਦ ਐਲਡੈਸਟ ਰਾਧਾ ਸਭ ਤੋਂ ਵੱਡੀ ਲੜਕੀ ਸੀ ਹੈਡ ਆਲਰੇਡੀ ਬੀਨ ਮੈਰਿਡ ਜਿਸਦੀ ਕਿ ਮੈਰਿਜ ਹੋ ਚੁੱਕੀ ਸੀ ਦ ਸੈਕਿੰਡ ਡਾਟਰ ਮੰਗਲਾਜ ਮੈਰਿਜ ਹੈਡ ਆਲਸੋ ਬੀਨ ਸੈਟਲਡ ਦੂਜੀ ਲੜਕੀ ਮੰਗਲਾ ਦੀ ਮੈਰਿਜ ਵੀ ਸੈਟਲ ਕਰ ਦਿੱਤੀ ਗਈ ਸੀ ਪੱਕੀ ਕਰ ਦਿੱਤੀ ਗਈ ਸੀ ਐਂਡ ਵੈਨ ਦੈਟ ਵਾਜ ਡਨ ਅਤੇ ਜਦੋਂ ਉਹ ਹੋ ਗਈ ਰਾਮ ਲਾਲ ਵੁੱਡ ਥਿੰਕ ਆਫ ਦ ਥਰਡ ਚੰਪਾ ਰਾਮ ਲਾਲ ਤੀਜੀ ਬਾਰੇ ਸੋਚਣ ਲੱਗਿਆ ਜਿਸਦਾ ਨਾਮ ਸੀ ਚੰਪਾ ਦੇ ਵਰ ਗੁੱਡ ਲੁਕਿੰਗ ਹੈਲਦੀ ਗਰਲਸ ਉਹ ਸਾਰੀਆਂ ਲੜਕੀਆਂ ਸੋਹਣੀਆਂ ਅਤੇ ਤੰਦਰੁਸਤ ਸਨ ਐਂਡ ਇਟ ਵਾਜ ਨੋਟ ਡਿਫੀਕਲਟ ਟੂ ਫਾਈਂਡ ਬ੍ਰਾਈਡ ਗਰੂਮਸ ਫੋਰ ਦੈਮ ਅਤੇ ਕੋਈ ਜ਼ਿਆਦਾ ਔਖਾ ਨਹੀਂ ਲੱਗਿਆ ਉਹਨਾਂ ਵਾਸਤੇ ਦੁੱਲੇ ਲੱਭਣਾ ਬਟ ਰਾਮ ਲਾਲ ਵਾਜ ਵਰੀਡ ਅਬਾਊਟ ਪੋਲੀ ਪਰ ਰਾਮ ਲਾਲ ਪੋਲੀ ਬਾਰੇ ਚਿੰਤਿਤ ਸੀ ਸ਼ੀ ਹੈਡ ਨੀਦਰ ਗੁੱਡ ਲੁਕਸ ਨੋ ਇੰਟੈਲੀਜੈਂਸ ਉਸ ਕੋਲ ਨਾ ਹੀ ਚੰਗੀ ਸ਼ਕਲ ਸੂਰਤ ਸੀ ਅਤੇ ਨਾ ਹੀ ਕੋਈ ਸਿਆਣਪ ਪੋਲੀ ਵਾਜ 7 ਈਅਰਸ ਓਲਡ ਵੈਨ ਮੰਗਲਾ ਵਾਜ ਮੈਰਿਡ ਜਦੋਂ ਮੰਗਲਾ ਦਾ ਵਿਆਹ ਹੋਇਆ ਉਦੋਂ ਪੋਲੀ 7 ਸਾਲ ਦੀ ਸੀ ਦ ਸੇਮ ਈਅਰ A primary school for girls was opened in their village. ਉਸੇ ਸਾਲ ਹੀ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਲੜਕੀਆਂ ਲਈ ਖੁੱਲ੍ਹਿਆ ਦ ਤਹਿਸੀਲਦਾਰ ਸਾਹਿਬ ਕੇਮ ਟੂ ਪਰਫੋਰਮ ਇਟਸ ਓਪਨਿੰਗ ਸੈਰਾਮਨੀ ਤਹਿਸੀਲਦਾਰ ਸਾਹਿਬ ਇਸਦੇ ਸਥਾਪਨਾ ਸਮਾਰੋਹ 'ਤੇ ਆਏ ਹੀ ਸੈਡ ਟੂ ਰਾਮ ਲਾਲ ਉਹਨਾਂ ਨੇ ਰਾਮ ਲਾਲ ਨੂੰ ਕਿਹਾ ਐਜ਼ ਅ ਰੈਵੇਨਿਊ ਓਫੀਸ਼ੀਅਲ ਕਰ ਇਕੱਠਾ ਕਰਨ ਵਾਲੇ ਮਹਿਕਮੇ ਦੇ ਨਾਲ ਸੰਬੰਧ ਰੱਖਣ ਕਰਕੇ ਯੂ ਆਰ ਦਾ ਰੀਪ੍ਰਜੈਂਟੇਟਿਵ ਆਫ ਦਾ ਗਵਰਨਮੈਂਟ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਇਨ ਦਾ ਵਿਲੇਜ ਇਸ ਵਿਲੇਜ ਵਿੱਚ ਐਂਡ ਸੋ ਯੂ ਮਸਟ ਸੈਟ ਐਨ ਐਗਜ਼ੈਂਪਲ ਟੂ ਦਾ ਵਿਲੇਜਰਸ ਤੇ ਤੁਹਾਨੂੰ ਇਹਨਾਂ ਪਿੰਡ ਵਾਸੀਆਂ ਦੇ ਅੱਗੇ ਇੱਕ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ ਯੂ ਮਸਟ ਸੈਂਡ ਯੂਅਰ ਡਾਟਰਸ ਟੂ ਸਕੂਲ ਤੁਹਾਨੂੰ ਆਪਣੀਆਂ ਕੁੜੀਆਂ ਨੂੰ ਇਸ ਸਕੂਲ ਵਿੱਚ ਭੇਜਣਾ ਚਾਹੀਦਾ ਹੈ ਦ ਨਾਈਟ ਵੈਨ ਰਾਮ ਲਾਲ ਕੰਸਲਟਡ ਹਿਜ਼ ਵਾਈਫ ਸ਼ੀ ਕ੍ਰਾਈਡ ਆਰ ਯੂ ਕ੍ਰੇਜ਼ੀ ਉਸ ਰਾਤ ਜਦੋਂ ਰਾਮ ਲਾਲ ਨੇ ਇਹ ਗੱਲ ਕਰਨ ਲਈ ਆਪਣੀ ਵਾਈਫ ਨਾਲ ਸਲਾਹ ਕੀਤੀ ਤੇ ਉਸਦੀ ਵਾਈਫ ਚਿੱਲਾਈ ਆਰ ਯੂ ਕ੍ਰੇਜ਼ੀ ਕੀ ਤੂੰ ਪਾਗਲ ਹੋ ਗਿਆ ਹੈ ਇਫ ਗਰਲਸ ਗੋ ਟੂ ਸਕੂਲ ਜੇ ਲੜਕੀਆਂ ਸਕੂਲ ਜਾਂਦੀਆਂ ਹਨ ਹੂ ਵਿਲ ਮੈਰੀ ਦੈਮ ਉਹਨਾਂ ਨਾਲ ਕੌਣ ਵਿਆਹ ਕਰੇਗਾ ਬਟ ਰਾਮ ਲਾਲ ਹੈਡ ਨੋਟ ਦਾ ਕਰੇਜ ਟੂ ਡਿਸਓਬੇ ਦਾ ਤਹਿਸੀਲਦਾਰ ਪਰ ਰਾਮ ਲਾਲ ਵਿੱਚ ਇੰਨਾ ਹੌਸਲਾ ਨਹੀਂ ਸੀ ਕਿ ਉਹ ਤਹਿਸੀਲਦਾਰ ਸਾਹਿਬ ਦੀ ਆਗਿਆ ਦੀ ਅਵੇਲਣਾ ਕਰ ਸਕੇ ਯਾਨੀ ਉਹਨਾਂ ਦਾ ਕਿਹਾ ਮੋੜ ਸਕੇ ਐਟ ਲਾਸਟ ਹਿਜ਼ ਵਾਈਫ ਸੈਡ ਅਖੀਰ ਉਸਦੀ ਪਤਨੀ ਨੇ ਕਿਹਾ ਆਈ ਵਿਲ ਟੈਲ ਯੂ ਵਟ ਟੂ ਡੂ
ਉਸ ਦੀ ਪਤਨੀ ਨੇ ਕਿਹਾ ਵੀ ਜੇ ਤੈਨੂੰ ਇੰਨਾ ਹੀ ਆ ਤੂੰ ਉਹਨਾਂ ਦੀ ਆਗਿਆ ਨਹੀਂ ਮੋੜ ਸਕਦਾ, ਫਿਰ ਮੈਂ ਤੈਨੂੰ ਦੱਸਾਂਗੀ ਕਿ ਕੀ ਕਰਨਾ ਹੈ। ਸੈਂਡ ਪੋਲੀ ਟੂ ਸਕੂਲ, ਉਸ ਸਕੂਲ 'ਚ ਜੇ ਤੂੰ ਕਿਸੇ ਕੁੜੀ ਨੂੰ ਭੇਜਣਾ ਹੀ ਚਾਹੁੰਦਾ ਨਾ, ਪੋਲੀ ਨੂੰ ਭੇਜ ਦੇ। ਐਜ਼ ਇਟ ਇਜ਼ ਦੇਅਰ ਇਜ਼ ਲਿਟਲ ਚਾਂਸ ਆਫ ਹਰ ਗੈਟਿੰਗ ਮੈਰਿਡ, ਕਿ ਜਿੱਦਾਂ ਪਤਾ ਹੀ ਹੈ ਵਿਦ ਹਰ ਅਗਲੀ ਫੇਸ ਐਂਡ ਲੈਕ ਆਫ ਸੈਂਸ, ਉਸਦੇ ਬਦਸੂਰਤ ਚਿਹਰੇ ਨਾਲ ਅਤੇ ਘੱਟ ਸਿਆਣਪ ਨਾਲ ਉਸਦੇ ਵਿਆਹ ਦੇ ਘੱਟ ਚਾਂਸਿਸ ਹਨ। ਲੈਟ ਦ ਟੀਚਰਸ ਐਟ ਸਕੂਲ ਵਰੀ ਅਬਾਊਟ ਹਰ, ਇਹ ਤਾਂ ਫਿਰ ਹੁਣ ਸਕੂਲ ਦੇ ਟੀਚਰਸ ਨੂੰ ਉਹਦੇ ਬਾਰੇ ਚਿੰਤਾ ਕਰਨ ਦੇ। ਦ ਨੈਕਸਟ ਡੇ ਰਾਮ ਲਾਲ ਕੋਟ ਭੋਲੀ ਬਾਏ ਦਾ ਹੈਂਡ, ਅਗਲੇ ਦਿਨ ਰਾਮ ਲਾਲ ਨੇ ਭੋਲੀ ਨੂੰ ਹੱਥ ਤੋਂ ਫੜਿਆ ਐਂਡ ਸੈਡ, ਅਤੇ ਕਿਹਾ ਕਮ ਵਿਦ ਮੀ, ਮੇਰੇ ਨਾਲ ਆਓ, ਆਈ ਵਿਲ ਟੇਕ ਯੂ ਟੂ ਸਕੂਲ, ਮੈਂ ਤੈਨੂੰ ਸਕੂਲ ਲੈ ਕੇ ਜਾਵਾਂਗਾ। ਪੋਲੀ ਵਾਜ ਫਰਾਈਟਨਡ, ਪੋਲੀ ਡਰ ਗਈ, ਸ਼ੀ ਡਿਡ ਨੋਟ ਨੋ ਵਟ ਅ ਸਕੂਲ ਵਾਜ ਲਾਈਕ, ਉਸਨੂੰ ਨਹੀਂ ਪਤਾ ਸੀ ਕਿ ਸਕੂਲ ਕਿਸ ਤਰ੍ਹਾਂ ਦੇ ਹੁੰਦੇ ਸਨ। ਸ਼ੀ ਰਿਮੈਂਬਰਡ, ਉਸਨੂੰ ਯਾਦ ਸੀ ਹਾਓ ਅ ਫਿਊ ਡੇਜ਼ ਅਗੋ ਦੇਅਰ ਓਲਡ ਕਾਓ ਲਕਸ਼ਮੀ ਹੈਡ ਬੀਨ ਟਰਨਡ ਆਊਟ ਆਫ ਦਾ ਹਾਊਸ ਐਂਡ ਸੋਲਡ, ਕਿ ਕਿਸ ਤਰ੍ਹਾਂ ਉਹਨਾਂ ਦੀ ਪੁਰਾਣੀ ਗਾਂ ਲਕਸ਼ਮੀ ਨੂੰ ਉਹ ਇਸੇ ਤਰ੍ਹਾਂ ਹੀ ਲੈ ਗਏ ਸੀ ਬਾਹਰ ਘਰ ਦੇ ਅਤੇ ਉੱਥੇ ਵੇਚ ਆਏ ਸੀ। ਸੋ ਭੋਲੀ ਨੂੰ ਵੀ ਹੁਣ ਉਹੀ ਡਰ ਪੈ ਗਿਆ ਕਿ ਅੱਜ ਮੇਰੀ ਵਾਰੀ ਹੈ, ਕਿ ਅੱਜ ਮੈਨੂੰ ਹੀ ਨਾ ਵੇਚ ਆਣ ਕਿਤੇ। ਸੋ ਕਿਸ ਤਰ੍ਹਾਂ ਬੋਲੀ, ਕਹਿੰਦੇ ਨੋ, ਸ਼ੀ ਸ਼ਾਊਟਡ ਇਨ ਟੈਰਰ ਐਂਡ ਪੁਲਡ ਹਰ ਹੈਂਡ ਅਵੇ ਫਰੋਮ ਹਰ ਫਾਦਰਸ ਗ੍ਰਿਪ, ਉਹ ਡਰ ਨਾਲ ਚਿਲਾਈ ਅਤੇ ਉਸਨੇ ਆਪਣਾ ਹੱਥ ਆਪਣੇ ਪਿਤਾ ਦੀ ਪਕੜ, ਗ੍ਰਿਪ ਕੀ ਹੁੰਦਾ ਪਕੜ, ਆਪਣੇ ਪਿਤਾ ਦੀ ਪਕੜ ਤੋਂ ਛੁਡਾਇਆ। ਵਟਸ ਦ ਮੈਟਰ ਵਿਦ ਯੂ ਯੂ ਫੂਲ, ਤੂੰ ਪਾਗਲ, ਤੇਰੇ ਨਾਲ ਹੋਇਆ ਕੀ ਹੈ, ਸ਼ਾਊਟਡ ਰਾਮ ਲਾਲ, ਰਾਮ ਲਾਲ ਚਿਲਾਇਆ, ਆਈ ਐਮ ਓਨਲੀ ਟੇਕਿੰਗ ਯੂ ਟੂ ਸਕੂਲ, ਮੈਂ ਸਿਰਫ ਤੈਨੂੰ ਸਕੂਲ ਲੈ ਕੇ ਜਾ ਰਿਹਾ ਹਾਂ। ਦੈਨ ਹੀ ਟੋਲਡ ਹਿਜ਼ ਵਾਈਫ, ਫਿਰ ਉਸਨੇ ਆਪਣੀ ਘਰਵਾਲੀ ਨੂੰ ਕਿਹਾ ਲੈਟ ਹਰ ਵੀਅਰ ਸਮ ਡੀਸੈਂਟ ਕਲੋਥ ਟੂਡੇ, ਅਤੇ ਉਹਦੀ ਵਾਈਫ ਕੀ ਕਹਿੰਦੀ, ਚਲੋ ਹੁਣ ਇਹਨੂੰ ਆਪਾਂ ਨਵੇਂ ਕੱਪੜੇ ਅਤੇ ਵਧੀਆ ਕੱਪੜੇ ਜਿਹੜੇ ਹੈ ਪਵਾਉਂਦੇ ਹਾਂ। ਔਰ ਐਲਸ ਵਟ ਵਿਲ ਦ ਟੀਚਰਸ ਐਂਡ ਦ ਅਦਰ ਸਕੂਲ ਗਰਲਸ ਥਿੰਕ ਆਫ ਅਸ ਵੈਨ ਦੇ ਸੀ ਹਰ, ਜੇ ਇੱਦਾਂ ਹੀ ਸਕੂਲ ਚਲੇਗੀ ਤਾਂ ਸਕੂਲ ਦੀਆਂ ਦੂਜੀਆਂ ਕੁੜੀਆਂ ਅਤੇ ਟੀਚਰਸ ਕੀ ਕਹਿਣਗੇ ਸਾਡੇ ਬਾਰੇ। ਨਿਊ ਕਲੋਥਸ ਹੈਡ ਨੈਵਰ ਬੀਨ ਮੇਡ ਫੋਰ ਪੋਲੀ, ਪੋਲੀ ਵਾਸਤੇ ਨਵੇਂ ਕੱਪੜੇ ਕਦੀ ਵੀ ਨਹੀਂ ਬਣੇ ਸਨ। ਦ ਓਲਡ ਡਰੈਸਿਸ ਆਫ ਹਰ ਸਿਸਟਰ ਵਰ ਪਾਸਡ ਔਨ ਟੂ ਹਰ, ਉਸ ਦੀਆਂ ਭੈਣਾਂ ਦੀਆਂ ਪੁਰਾਣੀਆਂ ਪੋਸ਼ਾਕਾਂ ਹੀ ਉਸ ਵੱਲ ਕਰ ਦਿੱਤੀਆਂ ਜਾਂਦੀਆਂ ਸਨ। ਨੋ ਵਨ ਕੇਅਰਡ ਟੂ ਮੈਂਡ ਔਰ ਵਾਸ਼ ਹਰ ਕਲੋਥਸ, ਕੋਈ ਪਰਵਾਹ ਨਹੀਂ ਕਰਦਾ ਸੀ ਕਿ ਉਸਨੂੰ ਕੋਈ ਕੱਪੜਾ ਛੋਟਾ ਹੈ ਅਤੇ ਉਸਨੂੰ ਉਹਦੇ ਨਾਪ ਦਾ ਬਣਾ ਦਿੱਤਾ ਜਾਵੇ, ਉਹਨੂੰ ਮੈਂਡ ਕਰ ਦਿੱਤਾ ਜਾਵੇ ਜਾਂ ਉਹਦੇ ਕੱਪੜੇ ਧੋਤੇ ਜਾਣ। ਓਕੇ, ਸੋ ਮੈਲੇ ਕੁਚਾਲੇ ਕੱਪੜੇ ਪਾਏ ਅਤੇ ਖੁੱਲ੍ਹੇ ਡੁੱਲੇ ਤੰਗ ਕੱਪੜੇ ਪਾਏ ਘੁੰਮਦੀ ਰਹਿੰਦੀ ਸੀ। ਬਟ ਟੂਡੇ, ਪਰ ਅੱਜ ਸ਼ੀ ਵਾਜ਼ ਲੱਕੀ, ਉਹ ਕਿਸਮਤ ਵਾਲੀ ਸੀ ਟੂ ਰਿਸੀਵ ਅ ਕਲੀਨ ਡਰੈਸ, ਕਿ ਉਸਨੂੰ ਇੱਕ ਸਾਫ ਸੁਥਰੀ ਪੋਸ਼ਾਕ ਮਿਲੀ ਵਿਚ ਹੈਡ ਸ਼ਰੰਕ ਆਫਟਰ ਮੈਨੀ ਵਾਸ਼ਿੰਗਸ ਐਂਡ ਨੋ ਲੋਂਗਰ ਫਿਟਡ ਚੰਪਾ, ਜਿਹੜੀ ਕਿ ਕਾਫੀ ਧੋਣ ਤੋਂ ਬਾਅਦ ਹੁਣ ਸ਼ਰੰਕ ਕਰ ਗਈ ਸੀ, ਛੋਟੀ ਹੋ ਗਈ ਸੀ, ਅਤੇ ਹੁਣ ਉਸਦੀ ਜਿਹੜੀ ਵੱਡੀ ਸਿਸਟਰ ਸੀ ਚੰਪਾ, ਉਹਨੂੰ ਪੂਰੀ ਨਹੀਂ ਆਉਂਦੀ ਸੀ, ਉਹ ਹੁਣ ਪੋਲੀ ਨੂੰ ਦਿੱਤੀ ਗਈ ਕਹਿ ਕੇ ਕਿ ਇਹ ਨਵੀਂ ਡਰੈਸ ਹੈ ਉਹਦੇ ਲਈ, ਇਹ ਨਵੀਂ ਸੀ ਕਿਉਂਕਿ ਜਿਹੋ ਜਿਹੇ ਕੱਪੜੇ ਉਹ ਪਾਉਂਦੀ ਸੀ ਉਸ ਲਈ ਇਹ ਇੱਕ ਪੂਰੀ ਸੂਰੀ ਡਰੈਸ ਜੋ ਕਿਤੋਂ ਵੀ ਕੋਈ ਫਟੀ ਨਹੀਂ ਸੀ ਉਸ ਨੂੰ ਮਿਲ ਗਈ, ਉਹ ਉਸ ਲਈ ਇੱਕ ਵਧੀਆ ਡਰੈਸ ਸੀ। ਸ਼ੀ ਵਾਜ਼ ਈਵਨ ਬਾਥਡ, ਉਹ ਇਸ ਵਾਰ ਨਾਤੀ ਐਂਡ ਓਇਲ ਵਾਜ਼ ਰਬਡ ਇਨ ਟੂ ਹਰ ਡਰਾਈ ਐਂਡ ਮੈਟਡ ਹੇਅਰ, ਅਤੇ ਉਸਦੇ ਖੁਸ਼ਕ ਸਿਰ ਵਿੱਚ ਅਤੇ ਉਲਝੇ ਹੋਏ ਵਾਲਾਂ ਦੇ ਵਿੱਚ ਤੇਲ ਵੀ ਲੱਗਿਆ। ਓਨਲੀ ਦੈਨ ਡਿਡ ਸ਼ੀ ਬਿਗਿਨ ਟੂ ਬਿਲੀਵ ਦੈਟ ਸ਼ੀ ਵਾਜ਼ ਬੀਂਗ ਟੇਕਨ ਟੂ ਅ ਪਲੇਸ ਬੈਟਰ ਦੈਨ ਹਰ ਹੋਮ, ਫਿਰ ਕਿਤੇ ਜਾ ਕੇ ਉਹਨੂੰ ਵਿਸ਼ਵਾਸ ਹੋਇਆ ਕਿ ਅੱਜ ਉਹ ਆਪਣੇ ਘਰ ਤੋਂ ਕਿਸੇ ਹੋਰ ਵਧੀਆ ਜਗ੍ਹਾ 'ਤੇ ਜਾ ਰਹੀ ਹੈ ਜੋ ਕਿ ਉਸਦੇ ਘਰ ਤੋਂ ਵਧੀਆ ਹੋਏਗੀ, ਤਾਂ ਹੀ ਉਹ ਇੰਨੀ ਸੱਜ ਸਬਰ ਰਹੀ ਹੈ। ਵੈਨ ਦੇ ਰੀਚ ਦ ਸਕੂਲ, ਜਦੋਂ ਉਹ ਸਕੂਲ ਪਹੁੰਚੇ, ਦ ਚਿਲਡਰਨ ਵਰ ਆਲਰੇਡੀ ਇਨ ਦੇਅਰ ਕਲਾਸਰੂਮ, ਬੱਚੇ ਪਹਿਲਾਂ ਤੋਂ ਹੀ ਕਲਾਸਰੂਮ ਵਿੱਚ ਮੌਜੂਦ ਸਨ। ਰਾਮ ਲਾਲ ਹੈਂਡਡ ਓਵਰ ਹਿਸ ਡਾਟਰ ਟੂ ਦ ਹੈੱਡ ਮਿਸਟਰੈਸ, ਰਾਮ ਲਾਲ ਨੇ ਆਪਣੀ ਕੁੜੀ ਉੱਥੋਂ ਦੀ ਮੁੱਖ ਅਧਿਆਪਕਾ ਨੂੰ ਹੈਂਡ ਓਵਰ ਕਰਤੀ, ਥਮਾ ਦਿੱਤੀ। ਲੈਫਟ ਅਲੋਨ, ਇਕੱਲੀ ਛੱਡੀ ਗਈ, ਦ ਪੂਅਰ ਗਰਲ, ਵਿਚਾਰੀ ਲੜਕੀ, ਲੁਕਡ ਅਬਾਊਟ ਹਰ, ਜਿਹੜੀ ਕਿ ਉਸ ਹੈੱਡ ਮਿਸਟਰੈਸ ਵੱਲ ਦੇਖ ਰਹੀ ਸੀ ਵਿਦ ਫੀਅਰ ਲੇਡਨ ਆਈਜ਼, ਡਰ ਦੇ ਨਾਲ ਭਰੀਆਂ ਹੋਈਆਂ ਅੱਖਾਂ ਦੇ ਨਾਲ। ਦੇਅਰ ਵਾਸ ਸੈਵਰਲ ਰੂਮਸ, ਉੱਥੇ ਕਿੰਨੇ ਸਾਰੇ ਕਮਰੇ ਸਨ, ਐਂਡ ਇਨ ਈਚ ਰੂਮ ਗਰਲਸ ਲਾਈਕ ਹਰ ਸਕੁਐਟਰਡ ਔਨ ਮੈਟਸ,
ਸਕੁਐਟਡ ਹੁੰਦਾ ਅੱਡੀਆਂ ਪਾਰ ਬੈਠਣਾ ਮੈਟਸ ਯਾਨੀ ਦਰੀਆਂ ਤੇ ਸੋ ਉਹਦੇ ਵਰਗੀਆਂ ਹੀ ਕੁੜੀਆਂ ਦਰੀਆਂ ਦੇ ਉੱਤੇ ਆਪਣੀਆਂ ਅੱਡੀਆਂ ਪਾਰ ਬੈਠੀਆਂ ਹੋਈਆਂ ਸਨ ਰੀਡਿੰਗ ਫਰੋਮ ਬੁੱਕਸ ਕਿਤਾਬਾਂ ਤੋਂ ਪੜ੍ਹ ਰਹੀਆਂ ਸਨ ਔਰ ਰਾਈਟਿੰਗ ਔਨ ਸਲੇਟਸ ਜਾਂ ਸਲੇਟਾਂ ਤੇ ਲਿਖ ਰਹੀਆਂ ਸਨ ਦ ਹੈਡ ਮਿਸਟਰੈਸ ਆਸਕਡ ਪੋਲੀ ਟੂ ਸਿਟ ਡਾਊਨ ਇਨ ਅ ਕੋਰਨਰ ਇਨ ਵਨ ਆਫ ਦ ਕਲਾਸ ਰੂਮਸ ਮੁੱਖ ਅਧਿਆਪਕਾਂ ਨੇ ਪੋਲੀ ਨੂੰ ਕਿਸੇ ਕਲਾਸ ਦੇ ਕੋਨੇ ਵਿੱਚ ਜਾ ਕੇ ਬੈਠਣ ਲਈ ਕਿਹਾ ਪੋਲੀ ਡਿਡ ਨੋਟ ਨੋ ਵਟ ਐਗਜੈਕਟਲੀ ਅ ਸਕੂਲ ਵਾਜ਼ ਲਾਈਕ ਪੋਲੀ ਨੂੰ ਨਹੀਂ ਪਤਾ ਸੀ ਕਿ ਇੱਕ ਸਕੂਲ ਅਸਲ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਸੀ ਐਂਡ ਵਟ ਹੈਪਨ ਦੇਅਰ ਅਤੇ ਉੱਥੇ ਕਿਹੋ ਜਿਹਾ ਵਾਪਰਦਾ ਹੈ ਬਟ ਸ਼ੀ ਵਾਜ਼ ਗਲੈਡ ਟੂ ਫਾਈਂਡ ਸੋ ਮੈਨੀ ਗਰਲਸ ਆਲਮੋਸਟ ਆਫ ਹਰ ਓਨ ਏਜ ਪ੍ਰੀਜੈਂਟ ਦੇਅਰ ਪਰ ਉਹ ਇੰਨੇ ਵਿੱਚ ਹੀ ਖੁਸ਼ ਸੀ ਕਿ ਲਗਭਗ ਉਸਦੇ ਹਾਣ ਦੀਆਂ ਕੁੜੀਆਂ ਉੱਥੇ ਮੌਜੂਦ ਸਨ ਸ਼ੀ ਹੋਪਡ ਉਸਨੂੰ ਉਮੀਦ ਸੀ ਦੈਟ ਵਨ ਆਫ ਦੀਜ਼ ਗਰਲਸ ਮਾਈਟ ਬਿਕਮ ਹਰ ਫਰੈਂਡ ਕਿ ਇਹਨਾਂ ਵਿੱਚੋਂ ਇੱਕ ਕੁੜੀ ਤਾਂ ਉਸਦੀ ਦੋਸਤ ਜ਼ਰੂਰ ਬਣੇਗੀ ਦ ਲੇਡੀ ਟੀਚਰ ਹੂ ਵਾਜ਼ ਇਨ ਦਾ ਕਲਾਸ ਵਾਜ਼ ਸੇਇੰਗ ਸਮਥਿੰਗ ਟੂ ਦਾ ਗਰਲਸ ਬਟ ਪੋਲੀ ਕੁਡ ਅੰਡਰਸਟੈਂਡ ਨਥਿੰਗ ਲੇਡੀ ਟੀਚਰ ਕਲਾਸ ਦੇ ਵਿੱਚ ਕੁੜੀਆਂ ਨੂੰ ਕੁਛ ਦੱਸ ਰਹੀ ਸੀ ਪਰ ਪੋਲੀ ਕੁਝ ਵੀ ਸਮਝ ਨਾ ਸਕੀ ਸ਼ੀ ਲੁਕਡ ਐਟ ਦਾ ਪਿਕਚਰਸ ਔਨ ਦਾ ਵਾਲ ਉਹ ਦੀਵਾਰ ਤੇ ਟੰਗੀਆਂ ਹੋਈਆਂ ਤਸਵੀਰਾਂ ਵੱਲ ਦੇਖਦੀ ਦ ਕਲਰਸ ਫੈਸੀਨੇਟਿਡ ਹਰ ਰੰਗ ਉਸਨੂੰ ਮੋਹਿਤ ਕਰਦੇ ਸਨ ਆਕਰਸ਼ਿਤ ਕਰਦੇ ਸਨ ਆਪਣੇ ਵੱਲ ਖਿੱਚਦੇ ਸਨ ਦ ਹੋਰਸ ਵਾਜ਼ ਬਰਾਊਨ ਘੋੜਾ ਭੂਰੇ ਰੰਗ ਦਾ ਸੀ ਜਸਟ ਲਾਈਕ ਦਾ ਹੋਰਸ ਔਨ ਵਿਚ ਦ ਤਹਿਸੀਲਦਾਰ ਹੈਡ ਕਮ ਟੂ ਵਿਜ਼ਿਟ ਦੇਅਰ ਵਿਲੇਜ ਇਹ ਉਸੇ ਤਰ੍ਹਾਂ ਦਾ ਘੋੜਾ ਸੀ ਜਿਸ ਘੋੜੇ ਤੇ ਬੈਠ ਕੇ ਉਹ ਤਹਿਸੀਲਦਾਰ ਉਹਨਾਂ ਦੇ ਪਿੰਡ ਫੇਰੀ ਪਾਉਣ ਆਇਆ ਸੀ ਦ ਗੋਟ ਵਾਜ਼ ਬਲੈਕ ਬੱਕਰੀ ਕਾਲੇ ਰੰਗ ਦੀ ਸੀ ਲਾਈਕ ਦ ਗੋਟ ਆਫ ਦੇਅਰ ਨੇਬਰ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦੇ ਗੁਆਂਢੀਆਂ ਦੀ ਸੀ ਦ ਪੈਰਟ ਵਾਜ਼ ਗ੍ਰੀਨ ਲਾਈਕ ਦ ਪੈਰਟ ਸ਼ੀ ਹੈਡ ਸੀਨ ਇਨ ਦ ਮੈਂਗੋ ਔਰਚਰਡ ਤੋਤੇ ਉਸੇ ਤਰ੍ਹਾਂ ਹੀ ਹਰੇ ਰੰਗ ਦੇ ਸੀ ਜਿਸ ਤਰ੍ਹਾਂ ਦੇ ਉਸਨੇ ਆਪਣੇ ਅੰਬ ਦੇ ਬਾਗ ਵਿੱਚ ਦੇਖੇ ਸਨ ਔਰਚਰਡ ਕੀ ਹੁੰਦਾ ਬਾਗ ਐਂਡ ਦ ਕਾਓ ਵਾਜ਼ ਜਸਟ ਲਾਈਕ ਦੇ ਲਕਸ਼ਮੀ ਅਤੇ ਦੀਵਾਰ ਤੇ ਲੱਗੀ ਹੋਈ ਤਸਵੀਰ ਵਿੱਚ ਦਿਸਦੀ ਹੋਈ ਗਾਂ ਉਸ ਨੂੰ ਆਪਣੀ ਲਕਸ਼ਮੀ ਵਾਂਗੂ ਲੱਗੀ ਐਂਡ ਸਡਨਲੀ ਅਤੇ ਅਚਾਨਕ ਪੋਲੀ ਨੋਟਿਸਡ ਪੋਲੀ ਨੇ ਦੇਖਿਆ ਦੈਟ ਦ ਟੀਚਰ ਵਾਜ਼ ਸਟੈਂਡਿੰਗ ਬਾਈ ਹਰ ਸਾਈਡ ਸਮਾਈਲਿੰਗ ਐਟ ਹਰ ਪੋਲੀ ਨੇ ਦੇਖਿਆ ਕਿ ਟੀਚਰ ਜੋ ਉਸਦੇ ਨੇੜੇ ਖੜੀ ਸੀ ਉਹ ਉਸ ਵੱਲ ਦੇਖ ਕੇ ਮੁਸਕਰਾ ਰਹੀ ਸੀ ਵਟਸ ਯੂਰ ਨੇਮ ਲਿਟਲ ਵਨ ਕਿ ਛੋਟੀ ਲੜਕੀ ਤੇਰਾ ਨਾਮ ਕੀ ਹੈ ਪ ਪ ਪ ਸ਼ੀ ਕੁਡ ਸਟੈਮਰ ਨੋ ਫਰਦਰ ਦੈਨ ਦੈਟ ਉਹ ਸਿਰਫ ਹਕਲਾਈ ਇਸ ਤੋਂ ਅੱਗੇ ਹੋਰ ਕੁਛ ਨਹੀਂ ਬੋਲੀ ਦੈਨ ਸ਼ੀ ਬਿਗੈਨ ਟੂ ਕਰਾਈ ਫਿਰ ਉਹ ਰੋਣ ਲੱਗ ਗਈ ਐਂਡ ਟੀਅਰਸ ਫਲੋਡ ਫਰੋਮ ਹਰ ਆਈਜ਼ ਇਨ ਅ ਹੈਲਪਲੈਸ ਫਲੱਡ ਅਤੇ ਉਸਦੀਆਂ ਅੱਖਾਂ ਵਿੱਚੋਂ ਹੰਝੂ ਉਸਦੇ ਨਾਂ ਚਾਹੁੰਦੇ ਹੋਏ ਵੀ ਹੜ ਵਾਂਗੂ ਵਹਿ ਤੁਰੇ ਸ਼ੀ ਕੈਪਟ ਹਰ ਹੈਡ ਡਾਊਨ ਐਜ਼ ਸ਼ੀ ਸੈਟ ਇਨ ਹਰ ਕੋਰਨਰ ਉਸਨੇ ਆਪਣੇ ਕੋਨੇ ਵਿੱਚ ਬੈਠ ਕੇ ਆਪਣਾ ਸਿਰ ਚੁਕਾ ਲਿਆ ਨੋਟ ਡਿਊਰਿੰਗ ਟੂ ਲੁੱਕ ਅਪ ਐਟ ਦ ਗਰਲਸ ਹੂ ਸ਼ੀ ਨਿਊ ਵਰ ਸਟਿਲ ਲਾਫਿੰਗ ਐਟ ਹਰ ਅਤੇ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਉਹਨਾਂ ਕੁੜੀਆਂ ਵੱਲ ਦੇਖਦੀ ਇਹ ਜਾਣਦੇ ਹੋਏ ਕਿ ਉਹ ਅਜੇ ਵੀ ਉਸ ਉੱਤੇ ਹੱਸ ਰਹੀਆਂ ਸਨ ਵੈਨ ਦ ਸਕੂਲ ਬੈਲ ਰੈਂਗ ਜਦੋਂ ਸਕੂਲ ਦੀ ਘੰਟੀ ਵੱਜੀ ਆਲ ਦਾ ਗਰਲਸ ਸਕਰੀਡ ਸਾਰੀਆਂ ਲੜਕੀਆਂ ਤੇਜ਼ ਭੱਜ ਕੇ ਚਲੇ ਗਈਆਂ ਆਊਟ ਆਫ ਦਾ ਕਲਾਸਰੂਮ ਕਲਾਸਰੂਮ ਤੋਂ ਬਾਹਰ ਬਟ ਪੋਲੀ ਡੇਅਰਡ ਨੋਟ ਲੀਵ ਹਰ ਕੋਰਨਰ ਪਰ ਪੋਲੀ ਵਿੱਚ ਅਜੇ ਵੀ ਆਪਣਾ ਉਹ ਕੋਨਾ ਛੱਡਣ ਦੀ ਹਿੰਮਤ ਨਹੀਂ ਸੀ ਹਰ ਹੈਡ ਸਟਿਲ ਲੋਅਰਡ ਅਜੇ ਵੀ ਉਸਨੇ ਆਪਣਾ ਸਿਰ ਚੁਕਾਇਆ ਹੋਇਆ ਸੀ ਸ਼ੀ ਕੈਪਟ ਔਨ ਸੋਬਿੰਗ ਉਹ ਲਗਾਤਾਰ ਸਿਸਕੀਆਂ ਭਰਦੀ ਰਹੀ ਪੋਲੀ ਦ ਟੀਚਰਸ ਵਾਇਸ ਵਾਜ ਸੋ ਸੋਫਟ ਐਂਡ ਸੂਦਿੰਗ ਟੀਚਰ ਦੀ ਆਵਾਜ਼ ਬਹੁਤ ਕੋਮਲਤਾ ਭਰੀ ਅਤੇ ਬਹੁਤ ਠੰਮੇ ਵਾਲੀ ਸੀ ਇਨ ਆਲ ਹਰ ਲਾਈਫ ਸ਼ੀ ਹੈਡ ਨੈਵਰ ਬੀਨ ਕਾਲਡ ਲਾਈਕ ਦੈਟ ਸਾਰੀ ਉਮਰ ਉਸਨੂੰ ਏਦਾਂ ਕਦੀ ਵੀ ਨਹੀਂ ਬੁਲਾਇਆ ਗਿਆ ਸੀ ਇਟ ਟੱਚਡ ਹਰ ਹਾਰਟ ਇਸ ਆਵਾਜ਼ ਨੇ ਉਸਦੇ ਦਿਲ ਨੂੰ ਛੂ ਲਿਆ ਗੈਟ ਅਪ ਸੈਡ ਦ ਟੀਚਰ ਟੀਚਰ ਨੇ ਕਿਹਾ ਉੱਠ ਜਾ ਇਟ ਵਾਜ਼ ਨੋਟ ਅ ਕਮਾਂਡ ਇਹ ਮੈਂ ਕੋਈ ਹੁਕਮ ਨਹੀਂ ਦੇ ਰਹੀ ਬਟ ਜਸਟ ਅ ਫਰੈਂਡਲੀ ਸੁਜੈਸ਼ਨ ਪਰ ਮੈਂ ਇੱਕ ਮਿੱਤਰਤਾ ਪੂਰਵਕ ਤੈਨੂੰ ਇੱਕ ਸੁਜੈਸ਼ਨ ਦੇ ਰਹੀ ਹਾਂ ਸਲਾਹ ਦੇ ਰਹੀ ਹਾਂ ਪੋਲੀ ਗੋਟ ਅਪ ਪੋਲੀ ਉੱਠ ਜਾ ਨਾਓ ਟੈਲ ਮੀ ਯੂਰ ਨੇਮ ਹੁਣ ਤੂੰ ਮੈਨੂੰ ਆਪਣਾ ਨਾਮ ਦੱਸ ਸਵੈਟ ਬਰੋਕ ਆਊਟ ਓਵਰ ਹਰ ਹੋਲ ਬੋਡੀ ਉਸਦੀ ਪੂਰੇ ਸਰੀਰ 'ਚ ਪਸੀਨਾ ਵਗ ਤੁਰਿਆ ਵੁੱਡ ਹਰ ਸਟੈਮਰਿੰਗ ਟੰਗ ਅਗੇਨ ਡਿਸਗ੍ਰੇਸ ਹਰ ਕੀ ਉਸਦੀ ਹਕਲਾਉਣ ਵਾਲੀ ਜੀਭ ਫਿਰ ਉਸਦਾ ਅਨਾਦਰ ਕਰਵਾਏਗੀ ਫੋਰ ਦਾ ਸੇਕ ਆਫ ਦਿਸ ਕਾਇੰਡ ਵੁਮਨ ਇਸ ਦਿਆਲੂ ਇਸਤਰੀ ਕਰਕੇ
ਕਿਹੜੀ ਦਿਆਲੂ ਇਸਤਰੀ ਕਰਕੇ ਜਿਹੜੇ ਮੈਡਮ ਸਨ ਹਾਊਐਵਰ ਹਾਲਾਂਕਿ ਸ਼ੀ ਡਿਸਾਈਡਡ ਟੂ ਮੇਕ ਐਨ ਐਫਰਟ ਉਸਨੇ ਉਸ ਮੈਡਮ ਕਰਕੇ ਇੱਕ ਵਾਰ ਫਿਰ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਸ਼ੀ ਹੈਡ ਸੱਚ ਅ ਸੂਦਿੰਗ ਵਾਇਸ ਸ਼ੀ ਵੁੱਡ ਨੋਟ ਲਾਫ ਐਟ ਹਰ ਉਸਨੇ ਸੋਚਿਆ ਕਿ ਉਸਦੀ ਇੰਨੀ ਠਰੰਮੇ ਵਾਲੀ ਆਵਾਜ਼ ਹੈ ਉਹ ਉਸਦੀ ਹਕਲਾਹਟ ਨੂੰ ਦੇਖ ਕੇ ਉਸ ਉੱਤੇ ਹੱਸੇਗੀ ਨਹੀਂ ਬ ਬ ਬੁ ਬੁ ਸ਼ੀ ਬਿਗੈਨ ਟੂ ਸਟੈਮਰ ਉਸਨੇ ਫਿਰ ਉਹੀ ਆਵਾਜ਼ ਕੱਢਣੀ ਸ਼ੁਰੂ ਕੀਤੀ ਬ ਬ ਬੁ ਬੁ ਉਸਨੇ ਹਕਲਾਉਣਾ ਸ਼ੁਰੂ ਕੀਤਾ ਵੈਲ ਡਨ ਬਹੁਤ ਅੱਛੇ ਦ ਟੀਚਰ ਇਨਕਰੇਜਡ ਹਰ ਟੀਚਰ ਨੇ ਉਸਨੂੰ ਹੌਸਲਾ ਦਿੱਤਾ ਕਮ ਔਨ ਨਾਓ ਦ ਫੁੱਲ ਨੇਮ ਹੁਣ ਤੂੰ ਮੈਨੂੰ ਪੂਰਾ ਨਾਮ ਦਾ ਸ਼ਾਬਾਸ਼ ਤੂੰ ਕਰ ਸਕਦੀ ਹੈ ਪ ਪ ਪ ਪ ਪ ਪੋਲੀ ਐਟ ਲਾਸਟ ਸ਼ੀ ਵਾਜ਼ ਏਬਲ ਟੂ ਸੇ ਇਟ ਐਂਡ ਫੈਲਟ ਰਿਲੀਵਡ ਐਜ ਇਫ ਇਟ ਵਾਜ਼ ਅ ਗ੍ਰੇਟ ਅਚੀਵਮੈਂਟ ਅਖੀਰ ਉਹ ਆਪਣਾ ਨਾਮ ਲੈਣ 'ਚ ਕਾਮਯਾਬ ਹੋ ਗਈ ਅਤੇ ਇਸ ਨੇ ਉਸਨੂੰ ਬਹੁਤ ਆਰਾਮ ਪਹੁੰਚਾਇਆ ਜਿੱਦਾਂ ਉਸਨੇ ਇੱਕ ਬਹੁਤ ਵੱਡੀ ਪ੍ਰਾਪਤੀ ਕਰ ਲਈ ਹੋਵੇ ਵੈਲ ਡਨ ਦ ਟੀਚਰ ਪੈਟਡ ਹਰ ਅਫੈਕਸ਼ਨੇਟਲੀ ਐਂਡ ਸੈਡ ਪੈਟਡ ਹੁੰਦਾ ਥਪਥਪਾਉਣਾ ਪਿੱਠ 'ਤੇ ਹੱਥ ਥਪਥਪਾਉਣਾ ਸ਼ਾਬਾਸ਼ ਕਹਿੰਦੇ ਹੋਏ ਟੀਚਰ ਨੇ ਉਸਦੀ ਪਿੱਠ 'ਤੇ ਹੱਥ ਥਪਥਪਾਇਆ ਬੜੇ ਪਿਆਰ ਦੇ ਨਾਲ ਐਂਡ ਸੈਡ ਅਤੇ ਕਿਹਾ ਪੁੱਟ ਦ ਫੀਅਰ ਆਊਟ of your heart apne dil vichon dar kad de and you will be able to speak like everyone else ate tu vi bakiyan de vaang bol payengi poli looked up as if to ask really poli ne edda dekha jidon kehna chahunde hove sachi yes yes it will be very easy ha ha eh bahut sokha hovega you just come to school every day bas tu sirf har roz school aana hai will you come ki tu aayengi poli ਨੋਡਡ ਪੋਲੀ ਨੇ ਸਿਰ ਹਿਲਾਇਆ ਯਾਨੀ ਹਾਂ ਵਿੱਚ ਸਿਰ ਹਿਲਾਇਆ ਟੀਚਰ ਨੇ ਕੀ ਕਿਹਾ ਨੋ ਸੇ ਇਟ ਅਲਾਊਡ ਨਹੀਂ ਇੱਦਾਂ ਨਹੀਂ ਕਰਨਾ ਤੂੰ ਇਹਨੂੰ ਉੱਚੀ ਬੋਲ ਕੇ ਦੱਸ ਯੈਸ ਉਸਨੇ ਕਿਹਾ ਹਾਂ ਹਾਂ ਐਂਡ ਪੋਲੀ ਹਰਸੈਲਫ ਵਾਜ਼ ਅਸਟੋਨਿਸ਼ਡ ਦੈਟ ਸ਼ੀ ਹੈਡ ਬੀਨ ਏਬਲ ਟੂ ਸੇ ਇਟ ਅਤੇ ਪੋਲੀ ਆਪਣੇ ਆਪ ਵਿੱਚ ਬੜੀ ਹੈਰਾਨ ਹੋਈ ਉਹ ਇਹ ਕਿੱਦਾਂ ਕਹਿਣ ਦੇ ਯੋਗ ਹੋਈ ਡਿਡਨਟ ਆਈ ਟੈਲ ਯੂ ਹੁਣ ਜਦੋਂ ਪੋਲੀ ਨੇ ਯੈਸ ਬੋਲਤਾ ਜਿਸ 'ਤੇ ਕਿ ਪੋਲੀ ਆਪ ਹੈਰਾਨ ਹੋਈ ਉਸ ਤੋਂ ਬਾਅਦ ਮੈਡਮ ਨੇ ਕਿਹਾ ਕਿਹਾ ਸੀ ਨਾ ਮੈਂ ਤੈਨੂੰ ਡਿਡਨਟ ਆਈ ਟੈਲ ਯੂ ਨਾਓ ਟੇਕ ਦਿਸ ਬੁੱਕ ਹੁਣ ਤੂੰ ਇਹ ਕਿਤਾਬ ਲੈ ਲੈ ਦ ਬੁੱਕ ਵਾਜ਼ ਫੁੱਲ ਆਫ ਨਾਈਸ ਪਿਕਚਰਸ ਇਹ ਕਿਤਾਬ ਬਹੁਤ ਅੱਛੀਆਂ ਅੱਛੀਆਂ ਤਸਵੀਰਾਂ ਨਾਲ ਭਰੀ ਹੋਈ ਸੀ ਐਂਡ ਦ ਪਿਕਚਰਸ ਵਰ ਇਨ ਕਲਰ ਅਤੇ ਉਹ ਪਿਕਚਰਸ ਰੰਗੀਨ ਸਨ ਰੰਗਾਂ ਨਾਲ ਭਰੀਆਂ ਹੋਈਆਂ ਸਨ ਕਿੰਨੀਆਂ ਕਿਹੜੀਆਂ ਪਿਕਚਰ ਸਨ ਡੋਗ ਕੈਟ ਗੋਟ ਹੋਰਸ ਪੈਰਟ ਟਾਈਗਰ ਐਂਡ ਅ ਕਾਓ ਜਸਟ ਲਾਈਕ ਲਕਸ਼ਮੀ ਸੋ ਉਸ ਬੁੱਕ ਵਿੱਚ ਕੁੱਤਾ ਬਿੱਲੀ ਬੱਕਰੀ ਘੋੜਾ ਤੋਤਾ ਸ਼ੇਰ ਅਤੇ ਉਸਦੀ ਲਕਸ਼ਮੀ ਵਰਗੀ ਗਾਂ ਵੀ ਸੀ ਐਂਡ ਵਿਦ ਐਵਰੀ ਪਿਕਚਰ ਅਤੇ ਹਰ ਪਿਕਚਰ ਦੇ ਨਾਲ ਵਾਜ਼ ਅ ਵਰਡ ਇਨ ਬਿਗ ਬਲੈਕ ਲੈਟਰਸ ਹਰ ਪਿਕਚਰ ਦੇ ਨਾਲ ਕਾਲੇ ਅੱਖਰਾਂ ਦਾ ਇੱਕ ਵੱਡਾ ਸ਼ਬਦ ਵੀ ਲਿਖਿਆ ਹੋਇਆ ਸੀ ਇਨ ਵਨ ਮੰਥ ਯੂ ਵਿਲ ਬੀ ਏਬਲ ਟੂ ਰੀਡ ਦਿਸ ਬੁੱਕ ਇੱਕ ਮਹੀਨੇ ਵਿੱਚ ਹੀ ਤੂੰ ਇਹ ਕਿਤਾਬ ਪੜ੍ਹਨ ਦੇ ਯੋਗ ਹੋ ਜਾਵੇਂਗੀ ਦੈਨ ਆਈ ਵਿਲ give you a bigger book fir main tenu is ton vi vaddi kitab dangi then a still bigger one fir us ton vi vaddi in time you will be more learned than anyone else in the village time aayega jadon tu is pind di sab to zyada padhi likhi kudi ho jayengi then no one will ever be able to laugh at you fir tere te koi vi nahi hasega people will listen to you with respect people log tenu ਆਦਰ ਸਹਿਤ ਸੁਣਨਗੇ ਐਂਡ ਯੂ ਵਿਲ ਬੀ ਏਬਲ ਟੂ ਸਪੀਕ ਵਿਦਆਊਟ ਦ ਸਲਾਈਟੈਸਟ ਸਟੈਮਰ ਤੂੰ ਥੋੜ੍ਹੇ ਜਿਹੇ ਵੀ ਹਕਲਾ ਕੇ ਨਹੀਂ ਬੋਲੇਂਗੀ ਅੰਡਰਸਟੈਂਡ ਸਮਝ ਆ ਗਈ ਨਾ ਗੋ ਹੋਮ ਹੁਣ ਤੂੰ ਕਰ ਜਾ ਐਂਡ ਕਮ ਬੈਕ ਅਰਲੀ ਟੁਮਾਰੋ ਮੋਰਨਿੰਗ ਅਤੇ ਕੱਲ੍ਹ ਸਵੇਰੇ ਜਲਦੀ ਆ ਜਾਈ ਪੋਲੀ ਫੈਲਟ ਐਜ ਇਫ ਸਡਨਲੀ ਆਲ ਦ ਬੈਲਸ ਇਨ ਦ ਵਿਲੇਜ ਟੈਂਪਲ ਵਰ ਰਿੰਗਿੰਗ ਐਂਡ ਦ ਟਰੀਜ਼ ਇਨ ਫਰੰਟ ਆਫ ਦ ਸਕੂਲ ਹਾਊਸ ਹੈਡ ਬਲੋਜ਼ਮਡ ਇਨ ਟੂ ਬਿਗ ਰੈਡ ਫਲਾਵਰਸ ਪੋਲੀ ਨੂੰ ਇੱਕਦਮ ਇੱਦਾਂ ਲੱਗਿਆ ਕਿ ਜਿੱਦਾਂ ਪਿੰਡ ਦੇ ਮੰਦਰ ਦੀਆਂ ਘੰਟੀਆਂ ਇੱਕਦਮ ਸਾਰੀਆਂ ਇਕੱਠੀਆਂ ਹੋ ਕੇ ਵੱਜਣ ਲੱਗ ਪਈਆਂ ਹੋਣ ਅਤੇ ਸਕੂਲ ਅਤੇ ਹਾਊਸ ਦੇ ਸਾਹਮਣੇ ਵਾਲੇ ਦਰਖਤ ਵੱਡੇ ਲਾਲ ਫੁੱਲਾਂ ਦੇ ਵਾਂਗੂੰ ਮਹਿਕ ਗਏ ਹੋਣ ਹਰ ਹਾਰਟ ਵਾਜ਼ ਥਰੋਬਿੰਗ ਵਿਦ ਅ ਨਿਊ ਹੋਪ ਐਂਡ ਨਿਊ ਲਾਈਫ ਉਸਦਾ ਦਿਲ ਇੱਕ ਨਵੀਂ ਉਮੀਦ ਨਾਲ ਅਤੇ ਇੱਕ ਨਵੀਂ ਜ਼ਿੰਦਗੀ ਦੇ ਨਾਲ ਧੜਕ ਰਿਹਾ ਸੀ ਦਸ ਦ ਈਅਰ ਪਾਸਟ ਇਸ ਤਰ੍ਹਾਂ ਕਈ ਸਾਲ
बीत गए। सो इत्थे ये स्टोरी एक सस्पेंस क्रिएट करती है, नहीं पता कि इन्ने सालों की होया। सो उस पॉइंट तो छड़ के अगे की लिखा गया, दस द ईयर्स पास्ट। सो इस तरह कई साल बीत गए, द विलेज बिकेम अ स्मॉल टाउन, पिंड एक छोटे कस्बे विच तब्दील हो गया, बन गया। द लिटल प्राइमरी स्कूल बिकेम अ हाई स्कूल, वो छोटा जहा प्राइमरी स्कूल हूँ एक हाई स्कूल सी। देयर वर नाउ अ सिनेमा अंडर अ टीन शेड, हूँ उत्थे एक सिनेमा भी सी जिहड़ा कि एक टीन दी चादर थले बनाया होया सी। एंड अ कॉटन जिनिंग मिल, अते कपाह नू पीण वाली एक चक्की भी सी। द मेल ट्रेन बिगैन टू स्टॉप एट द रेलवे स्टेशन, हूँ डाक चिट्ठी पत्र नू लैके जाण वाली एक ट्रेन उस रेलवे स्टेशन ते रुकण भी लग पई सी। वन नाइट, एक रात, आफ्टर डिनर, रात दे खाने तो बाद, रामलाल सेड टू हिज वाइफ, रामलाल ने अपनी पत्नी नू कहा, देन शैल आई एक्सेप्ट बिशंबर्स प्रपोजल, कि मैनू बिशंबर दा प्रपोजल एक्सेप्ट कर लेना चाहिए, प्रवान कर लेना चाहिए जो उसने मैनू सुझा दिता है। यस सर्टनली हिज वाइफ सेड, उसकी वाइफ ने कहा, हाँ यकीनन पक्का, पोली विल बी लकी टू गैट सच अ वेल टू डू ब्राइड ग्रूम, पोली बहुत किस्मत वाली होएगी जे उसनू अजिहा अमीर दुल्हा मिल गया। अ बिग शॉप, उसकी वड्डी दुकान, अ हाउस ऑफ हिज ओन, उसका अपना मकान, एंड आई हीयर, अते मैं सुनती हाँ, सैवरल थाउजेंड इन द बैंक, अते कई हजार रुपए बैंक च भी हैं। मोर ओवर, इस तो भी वध के, ही इज नॉट आस्किंग फॉर एनी डोरी, ओह कोई दाज की मंग भी नहीं कर रहे। दैट्स राइट, बट ही इज नॉट सो यंग, पर वो ठीक है, पर वो इन्ना जवान नहीं है, तेन पता ना, ऑलमोस्ट द सेम एज एज आई एम, वो तो बिल्कुल मेरी उम्र का है। एंड ही आल्सो लिम्प्स, अते वो लंगड़ा के भी तुरदा है। मोर ओवर, इस तो वध द चिल्ड्रन फ्रॉम हिज फर्स्ट वाइफ आर क्वाइट ग्रोन अप, उसकी पहली पत्नी तो हुए बच्चे भी वो हुण वड्डे हो चुके हैं। सो वट डज इट मैटर, हिज वाइफ रिप्लाइड, उसकी पत्नी ने कहा, इसका की हुंदा है, 45 और 50, 45 साल होया कि 50 साल होया, इट इज़ नो ग्रेट एज फॉर अ मैन, बंदे लिए कोई वड्डी एज नहीं हुंदी। वी आर लकी दैट ही इज़ फ्रॉम अनदर विलेज, असी काफ़ी किस्मत वाले हाँ कि वह दूजे पिंड तो है। एंड डज नॉट नो अबाउट हर पोक मार्क्स, अते उसके चेचक के निशाना बारे भी नहीं जानता। एंड हर लैक ऑफ सेंस, अते उसनू उसकी घट सियाणप बारे भी नहीं पता। इफ वी डू नॉट एक्सैप्ट द प्रपोजल, जे असी यह प्रपोजल ना स्वीकार किया, शी मे रिमेन अनमैरिड ऑल हर लाइफ, तो वह हो सकता है कि सारी उम्र कुआरी बैठी रहे। Yes, but I wonder what Polly will say. हाँ, पर मैं सोचता कि Polly की कहेगी। What will that witless one say? ओ पागल की कहेगी। She is like a dumb cow. ओ ता एक गूंगी गां है। Maybe you are right, muttered Ramlal. Ramlal ने बुड़बुड़ांदे हुए क्या? हो सकता तू ठीक ही हो में। In the other corner of the courtyard, उस वेड़े दे दूजे कोने विच, Polly lay awake on her cot. Polly अपनी मंजी तो उठी, लिसनिंग टू हर पेरेंट्स विस्पर्ड कन्वर्सेशन, अपने माता पिता की गलबात जो वह हौली हौली बोल के कर रहे सन उसनू सुनते हुए। बिशंबर नाथ वॉज अ वेल टू डू ग्रोजर, बिशंबर नाथ एक अमीर बनिया सी। ही केम विद अ बिग पार्टी ऑफ फ्रेंड्स एंड रिलेशंस विद हिम फॉर द वेडिंग, वह एक बहुत वड्डी बारात अपने दोस्तों की अते अपने रिश्तेदारों की लैके आया व्याह लई। अ ब्रास बैंड प्लेइंग अ पॉपुलर ट्यून from an Indian film headed the procession, naal lyande band vaje wale barat de agge agge jande hoye ek mashhoor Indian film de gaane di dhun vaja rahe san, with the bridegroom riding a decorated horse, unna de naal si ek dulha jo ke ek saje hoye ghode te sawar si. Ram Lal was overjoyed to see such pomp and splendor, Ram is aan baan shaan nu dekh ke bahut zyada khush hoya. He had never dreamt, उसने कभी सुपना भी नहीं लिया सी, that his fourth daughter would have such a grand wedding.
ਕਿ ਉਸ ਦੀ ਚੌਥੀ ਲੜਕੀ ਦੀ ਮੈਰਿਜ ਇੰਨੀ ਆਲੀਸ਼ਾਨ ਹੋਵੇਗੀ। ਪੋਲੀਜ਼ ਐਲਡਰ ਸਿਸਟਰਸ ਹੂ ਹੈਡ ਕਮ ਫੋਰ ਦਾ ਕੈਸ਼ਨ ਵਰ ਐਨਵੀਅਸ ਆਫ ਹਰ ਲੱਕ। ਪੋਲੀ ਦੀਆਂ ਵੱਡੀਆਂ ਭੈਣਾਂ ਜੋ ਇਸ ਮੌਕੇ ਆਈਆਂ ਸਨ ਉਹ ਉਸ ਤੋਂ ਈਰਖਾ ਖਾ ਰਹੀਆਂ ਸਨ। ਵੈਨ ਦਾ ਆਸਪੀਸ਼ੀਅਸ ਮੂਮੈਂਟ ਕੇਮ ਦ ਪ੍ਰੀਸਟ ਸੈਡ, ਜਦੋਂ ਉਹ ਸੁਭਾਗਾਂ ਭਰੀ ਘੜੀ ਆਈ ਤਾਂ ਪੰਡਿਤ ਜੀ ਨੇ ਕਿਹਾ ਬ੍ਰਿੰਗ ਦ ਬ੍ਰਾਈਡ, ਦੁਲਹਨ ਨੂੰ ਲੈ ਕੇ ਆਓ। ਪੋਲੀ ਕਲੈਡ ਇਨ ਰੈਡ ਸਿਲਕਨ ਬ੍ਰਾਈਡਲ ਡਰੈਸ, ਪੋਲੀ ਲਾਲ ਸਿਲਕ ਦੁਲਹਨ ਵਾਲੇ ਲਿਬਾਸ ਵਿੱਚ ਲਿਪਟੀ ਹੋਈ, ਵਾਜ ਲੈਡ ਟੂ ਦ ਬ੍ਰਾਈਡਸ ਪਲੇਸ ਨੀਅਰ ਦ ਸੈਕਰਡ ਫਾਇਰ, ਉਸ ਨੂੰ ਦੁਲਹੇ ਦੇ ਨੇੜੇ ਪਵਿੱਤਰ ਅਗਨੀ ਦੇ ਕੋਲ ਬਿਠਾਇਆ ਗਿਆ। ਗਾਰਲੈਂਡ ਦ ਬ੍ਰਾਈਡ, ਦੁਲਹਨ ਨੂੰ ਮਾਲਾ ਪਹਿਨਾਓ। ਵਨ ਆਫ ਹਿਸ ਫਰੈਂਡਸ ਪ੍ਰੋਮਪਟਡ ਬਿਸ਼ੰਬਰ ਨਾਥ, ਬਿਸ਼ੰਬਰ ਨਾਥ ਦੇ ਨਾਲ ਆਏ ਦੋਸਤਾਂ ਵਿੱਚੋਂ ਇੱਕ ਦੋਸਤ ਨੇ ਉਸਨੂੰ ਅਜਿਹਾ ਕਰਨ ਲਈ ਕਿਹਾ। ਦ ਬ੍ਰਾਈਡ ਗਰੂਮ ਲਿਫਟਡ ਦ ਗਾਰਲੈਂਡ ਆਫ ਯੈਲੋ ਮੈਰੀਗੋਲਡਸ, ਮੈਰੀਗੋਲਡਸ ਹੁੰਦੇ ਨੇ ਗੇਂਦੇ ਦੇ ਫੁੱਲ। ਦੁਲਹੇ ਨੇ ਪੀਲੇ ਗੇਂਦੇ ਦੇ ਫੁੱਲਾਂ ਦੀ ਮਾਲਾ ਚੱਕੀ। ਅ ਵੁਮਨ ਸਲਿਪਡ ਬੈਕ ਦ ਸਿਲਕਨ ਵੇਲ ਫਰੋਮ ਦ ਬ੍ਰਾਈਡਸ ਫੇਸ, ਇੱਕ ਇਸਤਰੀ ਨੇ ਦੁਲਹਨ ਦੇ ਚਿਹਰੇ ਤੋਂ ਸਿਲਕ ਕੁੰਗਟ ਚੱਕਿਆ। ਬਿਸ਼ੰਬਰ ਟੁੱਕ ਅ ਕੁਇਕ ਗਲਾਂਸ, ਬਿਸ਼ੰਬਰ ਨੇ ਇੱਕਦਮ ਉਸਤੇ ਚਾਤ ਮਾਰੀ। ਦ ਗਾਰਲੈਂਡ ਰਿਮੇਨਡ ਪੋਇਜ਼ਡ ਇਨ ਹਿਸ ਹੈਂਡਸ, ਉਹ ਮਾਲਾ ਉਸਦੇ ਹੱਥਾਂ ਵਿੱਚ ਹੀ ਰੁਕ ਗਈ। ਦ ਬ੍ਰਾਈਡ ਸਲੋਲੀ ਪੁਲਡ ਡਾਊਨ ਦ ਵੇਲ ਓਵਰ ਹਰ ਫੇਸ, ਦੁਲਹਨ ਨੇ ਹੌਲੀ ਹੌਲੀ ਆਪਣਾ ਘੁੰਡ ਆਪਣੇ ਚਿਹਰੇ ਤੇ ਅੱਗੇ ਕਰ ਲਿਆ। ਹੈਵ ਯੂ ਸੀਨ ਹਰ, ਸੈਡ ਬਿਸ਼ੰਬਰ ਟੂ ਦ ਫਰੈਂਡ ਨੈਕਸਟ ਟੂ ਹਿਮ, ਬਿਸ਼ੰਬਰ ਨੇ ਆਪਣੇ ਨਾਲ ਖੜੇ ਇੱਕ ਦੋਸਤ ਨੂੰ ਕਿਹਾ ਕਿ ਤੁਹਾਨੂੰ ਦੇਖਿਆ, ਸ਼ੀ ਹੈਜ਼ ਪੋਕ ਮਾਰਕਸ ਔਨ ਹਰ ਫੇਸ, ਉਸਦੇ ਮੂੰਹ ਤੇ ਤਾਂ ਚੇਚਕ ਦੇ ਨਿਸ਼ਾਨ ਹਨ। ਸੋ ਵਟ, ਤਾਂ ਕੀ ਹੋਇਆ, ਯੂ ਆਰ ਨੋਟ ਯੰਗ ਆਈਦਰ, ਤੇ ਤੂੰ ਵੀ ਕਿਹੜਾ ਯੰਗ ਹੈ, ਤੂੰ ਵੀ ਤਾਂ ਬਜ਼ੁਰਗ ਹੋ ਰਿਹਾ। ਮੇ ਬੀ, ਹੋ ਸਕਦਾ, ਬਟ ਇਫ ਆਈ ਐਮ ਟੂ ਮੈਰੀ ਹਰ, ਪਰ ਜੇ ਮੈਂ ਇਸ ਨਾਲ ਵਿਆਹ ਕਰਵਾਉਣਾ ਹੈ, ਹਰ ਫਾਦਰ ਮਸਟ ਗਿਵ ਮੀ 5000 ਰੁਪੀਜ਼, ਤਾਂ ਇਸ ਦੇ ਪਿਤਾ ਨੂੰ ਮੈਨੂੰ 5000 ਰੁਪਏ ਦੇਣੇ ਪੈਣਗੇ। ਰਾਮ ਲਾਲ ਵੈਂਟ ਐਂਡ ਪਲੇਸਡ ਹਿਸ ਟਰਬਨ, ਰਾਮ ਲਾਲ ਉਹਦੇ ਕੋਲ ਗਿਆ ਅਤੇ ਉਸਨੇ ਆਪਣੀ ਪੱਗ ਰੱਖ ਦਿੱਤੀ। ਹਿਸ ਓਨਰ, ਆਪਣਾ ਮਾਣ, ਐਟ ਬਿਸ਼ੰਬਰਸ ਫੀਟ, ਬਿਸ਼ੰਬਰ ਦੇ ਕਦਮਾਂ 'ਚ, ਡੂ ਨੋਟ ਹਿਊਮੀਲੇਟ ਮੀ ਸੋ, ਮੇਰਾ ਇਹੋ ਜਿਹਾ ਨਿਰਾਦਰ ਨਾ ਕਰੋ, ਟੇਕ 2000 ਰੁਪੀਜ਼, 2000 ਰੁਪਏ ਲੈ ਲਓ, ਨੋ 5000 ਔਰ ਵੀ ਗੋ ਬੈਕ, ਨਹੀਂ 5000 ਹੀ ਲਵਾਂਗੇ, ਨਹੀਂ ਤਾਂ ਅਸੀਂ ਵਾਪਸ ਜਾਵਾਂਗੇ। ਕੀਪ ਯੋਰ ਡਾਟਰ, ਆਪਣੀ ਕੁੜੀ ਨੂੰ ਰੱਖ। ਬੀ ਅ ਲਿਟਲ ਕੰਸਿਡਰੇਟ ਪਲੀਜ਼, ਥੋੜ੍ਹੇ ਜਿਹੀ ਤਾਂ ਵਿਚਾਰ ਕਰੋ ਕਿਰਪਾ ਕਰਕੇ, ਇਫ ਯੂ ਗੋ ਬੈਕ, ਜੇ ਤੁਸੀਂ ਵਾਪਸ ਚਲੇ ਗਏ, ਆਈ ਕੈਨ ਨੈਵਰ ਸ਼ੋ ਮਾਈ ਫੇਸ ਇਨ ਦ ਵਿਲੇਜ, ਤਾਂ ਮੈਂ ਆਪਣੇ ਪਿੰਡ ਵਿੱਚ ਮੂੰਹ ਕਦੀ ਵੀ ਨਹੀਂ ਦਿਖਾ ਸਕਦਾ। ਦੈਨ ਆਊਟ ਵਿਦ 5000, ਫਿਰ ਤੂੰ ਹੁਣ 5000 ਲੈ ਕੇ ਬਾਹਰ ਨਿਕਲ। ਟੀਅਰਸ ਸਟ੍ਰੀਮਿੰਗ ਡਾਊਨ ਹਿਸ ਫੇਸ, ਹੰਝੂ ਉਸਦੇ ਚਿਹਰੇ ਤੋਂ ਵਗ ਤੁਰੇ। ਰਾਮ ਲਾਲ ਵੈਂਟ ਇਨ, ਰਾਮ ਲਾਲ ਅੰਦਰ ਗਿਆ। ਓਪਨਡ ਦਾ ਸੇਫ, ਤਿਜੋਰੀ ਖੋਲੀ ਐਂਡ ਕਾਊਂਟਡ ਆਊਟ ਦਾ ਨੋਟਸ, ਅਤੇ ਉਸਨੇ ਰੁਪਏ ਗਿਣੇ। ਹੀ ਪਲੇਸਡ ਦਾ ਬੰਡਲ ਐਟ ਦਾ ਬ੍ਰਾਈਡ ਗਰੂਮਸ ਫੀਟ, ਉਸਨੇ ਉਹ ਬੰਡਲ ਦੁਲੇ ਦੇ ਕਦਮਾਂ ਤੇ ਰੱਖ ਦਿੱਤਾ। ਓਨ ਬਿਸ਼ੰਬਰਸ ਗ੍ਰੀਡੀ ਫੇਸ ਅਪੀਅਰਡ ਅ ਟ੍ਰਾਇਮਫੰਟ ਸਮਾਈਲ, ਬਿਸ਼ੰਬਰ ਦੇ ਲਾਲਚ ਭਰੇ ਚਿਹਰੇ ਤੇ ਇੱਕ ਜਿੱਤ ਭਰਪੂਰ ਮੁਸਕਰਾਹਟ ਆ ਗਈ। ਹੀ ਹੈਡ ਗੈਂਬਲਡ ਐਂਡ ਵਨ, ਉਸਨੇ ਜੂਆ ਖੇਡਿਆ ਸੀ ਅਤੇ ਉਹ ਜਿੱਤ ਗਿਆ। ਗਿਵ ਮੀ ਦਾ ਗਾਰਲੈਂਡ, ਮੈਨੂੰ ਹੁਣ ਮਾਲਾ ਦਿਓ, ਹੀ ਅਨਾਊਂਸਡ, ਉਸਨੇ ਘੋਸ਼ਣਾ ਕੀਤੀ। ਵੰਸ ਅਗੇਨ ਦ ਵੇਲ ਵਾਜ ਸਲਿਪਡ ਬੈਕ ਫਰੋਮ ਦ ਬ੍ਰਾਈਡਸ ਫੇਸ, ਇੱਕ ਵਾਰ ਫੇਰ ਉਸ ਦੁਲਹਨ ਦੇ ਚਿਹਰੇ ਤੋਂ ਉਸਦਾ ਘੁੰਡ ਖਿਸਕ ਗਿਆ। ਬਟ ਦਿਸ ਟਾਈਮ ਹਰ ਆਈਜ਼ ਵਰ ਨੋਟ ਡਾਊਨ ਕਾਸਟ, ਪਰ ਇਸ ਵਾਰ ਉਸ ਦੁਲਹਨ ਦੀਆਂ ਅੱਖਾਂ ਨੀਚੇ ਨੂੰ ਨਹੀਂ ਚੁੱਕੀਆਂ। ਸ਼ੀ ਵਾਜ਼ ਲੁਕਿੰਗ ਅਪ, ਉਹ ਹੁਣ ਉੱਪਰ ਦੇਖ ਰਹੀ ਸੀ। ਲੁਕਿੰਗ ਸਟ੍ਰੇਟ, ਸਿੱਧਾ ਐਟ ਹਰ ਪ੍ਰੋਸਪੈਕਟਿਵ ਹਸਬੈਂਡ, ਆਪਣੇ ਹੋਣ ਵਾਲੇ ਪਤੀ ਦੇ ਵੱਲ। ਐਂਡ ਇਨ ਹਰ ਆਈਜ਼ ਦੇਰ ਵਾਜ ਨਾਇਦਰ ਐਂਗਰ ਨੋਰ ਹੇਟ, ਅਤੇ ਹੁਣ ਭੋਲੀ ਦੀਆਂ ਅੱਖਾਂ ਦੇ ਵਿੱਚ ਨਾ ਤਾਂ ਗੁੱਸਾ ਸੀ ਅਤੇ ਨਾ ਹੀ ਉਹਦੇ ਪ੍ਰਤੀ ਨਫ਼ਰਤ। ਓਨਲੀ ਕੋਲਡ ਕੰਟੈਂਪਟ, ਇੱਕ ਸ਼ੀਤ ਅਪਮਾਨ ਸੀ ਉਹਦੇ ਅੰਦਰ ਭਰਿਆ ਹੋਇਆ। ਬਿਸ਼ੰਬਰ ਰੇਜ਼ਡ ਦ ਗਾਰਲੈਂਡ ਟੂ ਪਲੇਸ ਇਟ ਰਾਊਂਡ ਦ ਬ੍ਰਾਈਡਸ ਨੈਕ, ਬਿਸ਼ੰਬਰ ਨੇ ਮਾਲਾ ਉਠਾਈ ਦੁਲਹਨ ਦੇ ਗਲੇ ਵਿੱਚ ਪਾਉਣ ਲਈ।
but before he could do so, par is to pehla ke eh ajeha kar panda, police hand struck out. Hun strike hunda marna, struck out yani usne tezi nal hath marya, like a streak of lightning. Streak hundi hai lakeer, lightning yani bijli di. So edda lagya jidda bijli fir gayi hove, enni tezi nal usne hath marya kide wal, us mala wal. And the garland was flung into the fire, ate oh fullan di mala uddi gayi us pavitr agni vich. She got up, oh utthi, and threw away the veil, ate usne apna kungat oh la ke marya. Pita ji, take back your money, ke pita ji apna paisa wapas le lo. I'm not going to marry this man, main is bande nal vyah nahi karan ja rahi. Ram Lal was thunderstruck. Ram Lal hakka bakka reh gaya jidda usse bijli gir gayi hove. The guests began to whisper, aaye hoye mehmana ne budbudana aapas vich holi holi gal baat karni shuru kar ditti. So shameless, kinni besharam kudi hai, so ugly and so shameless, kinni badsurat te kinni besharam. Poli, are you crazy, shouted Ram Lal. Ram Lal chillaya, poli tu pagal ho gayi hai, you want to disgrace your family, ki tu apni parivar di bezti karana chahni hai. Have some regard for our izzat, ki tanu saadi koi izzat pyari nahi. For the sake of your izzat, said poli, I was willing to marry this lame old man. Eh ta taadi izzat karke si ke main is budhe ate langde aadmi nal vyah karana man gayi si, but I will not have such a mean, greedy and contemptible coward as my husband. Par mainu apne pati de taur te eho jya katiya, lalchi ate apmani banda nahi chahida. I want mainu nahi chahida, nahi chahida, nahi chahida. What a shameless girl, kinni besharam kudi hai. We all thought she was a harmless dumb cow, assi sare sochde si ki eh ta kise nu na nuksan punchan wali gungi gaan hai. Poli turned violently on the old woman. So jehdi old woman ne remarks ditte us de wal poli badi zordar tarike na mudi. Yes aunty, you are right, haan aunty tusi theek ho. You all thought, tusi sare sochde si, I was a dumb driven cow, ke main ta ek gungi gaan haan. That's why you wanted to hand me over to this heartless creature, ese karke tusi mainu is bedile prani de hath dena chahnde si. But now the dumb cow, the stammering fool is speaking, par hun eh gungi gaan te hichkichahan wali eh murakh ladki bol rahi hai. Do you want to hear more, ki tusi hor sunna chahnde ho. Bishambar Nath, the grocer, started to go back with this party. Bishambar Nath baniya, usne apni barat de naal wapas jana shuru kar dita. The confused bandsman thought this was the end of the ceremony and stuck up a closing song. Duchitti ch paye band walyan ne socha ki eh hona ceremony da end ho gaya, te oh sare closing song vajane ch rujh gaye. Ram Lal stood rooted to the ground. Ram Lal us zameen de naal judya hi khadya reha, his head bowed low. ਉਸਦਾ ਸਿਰ ਝੁਕ ਗਿਆ ਸੀ ਵਿਦ ਦਾ ਵੇਟ ਆਫ ਗਰੀਫ ਐਂਡ ਸ਼ੇਮ, ਦੁੱਖ ਅਤੇ ਸ਼ਰਮ ਦੇ ਨਾਲ. ਦ ਫਲੇਮਸ ਆਫ ਦ ਸੇਕ੍ਰਡ ਫਾਇਰ ਸਲੋਲੀ ਡਾਈਡ ਡਾਊਨ, ਉਸ ਪਵਿੱਤਰ ਅਗਨੀ ਦੀਆਂ ਲਾਟਾਂ ਹੌਲੀ ਹੌਲੀ ਖਤਮ ਹੋ ਰਹੀਆਂ ਸਨ. ਐਵਰੀ ਵਨ ਵਾਜ ਗੋਨ, ਹਰ ਕੋਈ ਚਲਾ ਗਿਆ ਸੀ. ਰਾਮ ਲਾਲ ਟਰਨਡ ਟੂ ਪੋਲੀ ਐਂਡ ਸੈਡ, ਰਾਮ ਲਾਲ ਪੋਲੀ ਵੱਲ ਮੁੜਿਆ ਅਤੇ ਕਿਹਾ, ਬਟ ਵਟ ਅਬਾਊਟ ਯੂ, ਨੋ ਵਨ ਵਿਲ ਮੈਰੀ ਯੂ ਨਾਓ, ਹੁਣ ਤੇਰਾ ਕੀ ਹੋਏਗਾ, ਕੋਈ ਵੀ ਤੇਰੇ ਨਾਲ ਵਿਆਹ ਨਹੀਂ ਕਰੇਗਾ. ਵਟ ਸ਼ੈਲ ਵੀ ਡੂ ਵਿਦ ਯੂ, ਅਸੀਂ ਹੁਣ ਤੇਰੇ ਨਾਲ ਕੀ ਕਰਾਂਗੇ. ਐਂਡ ਸੁਲੇਖਾ ਸੈਡ ਇਨ ਅ ਵਾਇਸ ਦੈਟ ਵਾਜ਼ ਕਾਮ ਐਂਡ ਸਟੈਡੀ, ਫਿਰ ਸੁਲੇਖਾ ਨੇ ਅਜਿਹੀ ਆਵਾਜ਼ ਚ ਕਿਹਾ ਜੋ ਸ਼ਾਂਤੀ ਵਾਲੀ ਸੀ ਤੇ ਠਰੰਮੇ ਵਾਲੀ ਸੀ. ਡੋਂਟ ਯੂ ਵਰੀ ਪਿਤਾ ਜੀ, ਤੁਸੀਂ ਬਿਲਕੁਲ ਚਿੰਤਾ ਨਾ ਕਰੋ ਪਿਤਾ ਜੀ. ਇਨ ਯੂਰ ਓਲਡ ਏਜ, ਤੁਹਾਡੇ ਬੁਢੇਪੇ ਵਿੱਚ, ਆਈ ਵਿਲ ਸਰਵ ਯੂ ਐਂਡ ਮਦਰ, ਮੈਂ ਤੁਹਾਡੀ ਅਤੇ ਮਾਤਾ ਜੀ ਦੀ ਸੇਵਾ
ਸੇਵਾ ਕਰਾਂਗੀ ਐਂਡ ਆਈ ਵਿਲ ਟੀਚ ਇਨ ਦਾ ਸੇਮ ਸਕੂਲ ਵੇਅਰ ਆਈ ਲਰਨਡ ਸੋ ਮੱਚ ਅਤੇ ਮੈਂ ਉਸੇ ਸਕੂਲ ਪੜ੍ਹਾਵਾਂਗੀ ਜਿਸ ਸਕੂਲ ਵਿੱਚ ਮੈਂ ਬਹੁਤ ਕੁਛ ਸਿੱਖਿਆ ਇਜ਼ਨਟ ਦੈਟ ਰਾਈਟ ਮੈਮ ਸੋ ਇਹ ਸਾਰਾ ਕੁਛ ਬੋਲ ਕੇ ਉਸਨੇ ਅਖੀਰ 'ਤੇ ਕੀ ਕਿਹਾ ਕਿਉਂ ਮੈਡਮ ਠੀਕ ਹੈ ਨਾ ਦਾ ਟੀਚਰ ਹੈਡ ਆਲ ਅਲੋਂਗ ਸਟੂਡ ਇਨ ਅ ਕੋਰਨਰ ਵਾਚਿੰਗ ਦਾ ਡਰਾਮਾ ਟੀਚਰ ਉਸ ਕੋਰਨਰ ਵਿੱਚ ਖੜੀ ਇਹ ਸਾਰਾ ਡਰਾਮਾ ਦੇਖ ਰਹੀ ਸੀ ਸ਼ੀ ਰਿਪਲਾਈਡ ਯੈਸ ਪੋਲੀ ਅਫਕੋਰਸ ਹਾਂ ਪੋਲੀ ਯਕੀਨਨ ਤੂੰ ਇਹੋ ਜਿਹਾ ਕਰੇਂਗੀ ਸ਼ੀ ਰਿਪਲਾਈਡ ਉਸਨੇ ਜਵਾਬ ਦਿੱਤਾ ਐਂਡ ਇਨ ਹਰ ਸਮਾਈਲਿੰਗ ਆਈਜ਼ ਅਤੇ ਉਸ ਦੀਆਂ ਮੁਸਕਰਾਉਂਦੀਆਂ ਹੋਈਆਂ ਅੱਖਾਂ ਵਿੱਚ ਵਾਜ਼ ਦਾ ਲਾਈਟ ਆਫ ਅ ਡੀਪ ਸੈਟਿਸਫੈਕਸ਼ਨ ਇੱਕ ਡੂੰਘੀ ਤਸੱਲੀ ਦੀ ਰੋਸ਼ਨੀ ਸੀ ਉਹ ਰੋਸ਼ਨੀ ਕਿਹੋ ਜਿਹੀ ਸੀ ਦੈਟ ਐਨ ਆਰਟਿਸਟ ਫੀਲਸ ਜਿਹੋ ਜਿਹੀ ਇੱਕ ਕਲਾਕਾਰ ਮਹਿਸੂਸ ਕਰਦਾ ਹੈ ਵੈਨ ਹੀ ਕੰਟੈਂਪਲੇਟਸ ਜਦੋਂ ਉਹ ਇਸ ਗੱਲ ਦੀ ਤਸੱਲੀ ਕਰ ਲੈਂਦਾ ਹੈ ਜਦੋਂ ਉਹ ਇਹ ਗੱਲ ਮੰਨ ਲੈਂਦਾ ਹੈ ਦਾ ਕੰਪਲੀਸ਼ਨ ਆਫ ਹਿਜ ਮਾਸਟਰ ਪੀਸ ਕਿ ਉਸ ਦੇ ਜੀਵਨ ਦੀ ਸ਼ਾਹਕਾਰ ਪਰਫੋਰਮੈਂਸ ਦਾ ਇਹ ਦੀ ਐਂਡ ਹੋਇਆ ਹੈ ਕੰਪਲੀਸ਼ਨ ਹੋਈ ਹੈ ਕਿ ਉਸਨੇ ਬਹੁਤ ਤਸੱਲੀ ਨਾਲ ਆਪਣਾ ਪਾਰਟ ਅਦਾ ਕੀਤਾ ਇਹੋ ਜਿਹੀ ਖੁਸ਼ੀ ਇਹੋ ਜਿਹੀ ਰੋਸ਼ਨੀ ਉਸ ਦੀਆਂ ਮੁਸਕਰਾਉਂਦੀਆਂ ਹੋਈਆਂ ਅੱਖਾਂ ਵਿੱਚ ਦਿਖ ਰਹੀ ਸੀ ਸੋ ਇਹ ਸੀ ਇੱਕ ਬਹੁਤ ਹੀ ਸੁੰਦਰ ਲੈਸਨ ਪੋਲੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਮੈਨੂੰ ਦਿਓ ਇਜਾਜ਼ਤ ਮੈਂ ਪਰਮਜੋਤ ਸਿੰਘ ਥੈਂਕ ਯੂ ਵੈਰੀ ਮੱਚ